ਜੇ ਕਿਸੇ ਬੰਦੇ ਦੀ ਲੱਤ ਟੁੱਟ ਜਾਂਦੀ ਆ ਜੀ, ਕੀ ਉਸ ਬੰਦੇ ਦੇ ਅਧਿਕਾਰ ਘਟ ਜਾਂਦੇ ਆ? 18-18 ਸਾਲਾਂ ਦੇ ਭਾਵੇਂ ਉਹ ਮੁੰਡੇ ਨੇ ਭਾਵੇਂ ਉਹ ਕੁੜੀਆਂ ਨੇ, ਮੈਂ ਉਹਨਾਂ ਨੂੰ ਇੰਨੀ ਜ਼ਿਆਦਾ ਮਿਹਨਤ ਕਰਦੇ ਦੇਖਿਆ। ਦੇਖੋ, ਜਿਹਨੂੰ ਆਪਾਂ ਕਹਿੰਦੇ ਹਾਂ ਨਾ ਕਿ ਪੈਤਰਕੀ ਸਿਰਫ ਤੇ ਸਿਰਫ ਕੁੜੀਆਂ ਨੂੰ ਹਾਮ ਨਹੀਂ ਕਰਦੀ, ਸਾਡੇ ਮੁੰਡਿਆਂ ਨੂੰ ਵੀ ਹਾਮ ਕਰਦੀ ਹੈ। ਔਰਤਾਂ ਚਾਹੀਦੀਆਂ ਸੀ, ਤਾਂ ਹੀ ਉਦੋਂ ਜ਼ਿਆਦਾ ਸਰੀਰਕ ਬਲ 'ਤੇ ਵੀ ਜ਼ੋਰ ਦਿੱਤਾ ਜਾਂਦਾ ਸੀਗਾ ਕਿ ਔਰਤ ਕਮਜ਼ੋਰ ਨਹੀਂ ਹੈ। ਆਹ ਜਿਹੜੇ ਵਾਰੀ ਵਾਰੀ ਵਰਡ ਆਉਂਦੇ ਸੀਗੇ ਨਾ, ਇਹ ਉੱਥੋਂ ਨਿਕਲ ਕੇ ਆਏ ਨੇ, ਕਿਉਂਕਿ ਉਹਨਾਂ ਤੋਂ ਕੰਮ ਕਰਾਉਣਾ ਸੀਗਾ ਜਾਂ ਫਿਰ ਫੇਸ਼ਲ ਕਰਾਉਣ ਲਈ ਕੂਪਨ ਮਿਲਦੇ ਆ ਜੋ ਸਿਰਫ 8 ਮਾਰਚ ਨੂੰ ਚੱਲਦੇ ਆ। ਕੀ ਇਹ ਪੂੰਜੀਵਾਦ ਨਹੀਂ? ਇਹਦੇ 'ਚ ਤਾਂ ਆਪਾਂ ਗੱਲ ਵੀ ਨਹੀਂ ਕਰਦੇ ਇੱਕ ਦਿਨ ਬੈਠ ਕੇ ਕਿ ਔਰਤਾਂ ਨੂੰ ਯੂਨੀਅਨਾਈਜ਼ ਹੋਣਾ ਚਾਹੀਦਾ, ਉਹਨਾਂ ਨੂੰ ਜੇ ਘੱਟ ਪੇ ਮਿਲਦੀ ਹੈ ਕਿਉਂ ਮਿਲਦੀ? ਕੀ ਤੁਹਾਡਾ ਜਿਹੜਾ ਨਾਰੀਵਾਦ ਹੈ ਉਹ ਮਰਦ ਨੂੰ ਮਨਫੀ ਕਰਦਾ? ਤਾਂ ਕਦੇ ਨਹੀਂ ਇਹਨੂੰ ਕੁੱਟਿਆ, ਨਹੀਂ ਕੁੱਟਿਆ, ਪਰ ਔਰਤ ਨੂੰ ਪਤਾ ਹੈ ਕਿ ਤੂੰ ਕੁੱਟ ਸਕਦਾ। ਇਹ ਜ਼ਰੂਰੀ ਨਹੀਂ ਕਿ ਤੂੰ ਫਿਜ਼ੀਕਲੀ ਡਿਮੋਨਸਟ੍ਰੇਟ ਕਰੇ। ਉਹ ਔਰਤ ਦੀ ਮੁਕਤੀ ਇਸੇ ਚੀਜ਼ 'ਚ ਹੈ ਕਿ ਉਹ ਹਰੇਕ ਚੀਜ਼ ਨੂੰ ਅਤੇ ਉਹਦੇ ਪਿਛਲੇ ਕਾਰਨਾਂ ਨੂੰ ਸਮਝੇ। ਉਹ ਇਹੀ ਹੈ ਕਿ ਤੁਸੀਂ ਕਿਸੇ ਦੀ ਬਾਡੀ ਨੂੰ ਕੰਟਰੋਲ ਨਾ ਕਰੋ, ਭਾਵੇਂ ਉਹ ਬੁਰਕਾ ਪਾਉਣਾ ਹੋਵੇ, ਭਾਵੇਂ ਉਹ ਬੁਰਕਾ ਲਾਉਣਾ ਹੋਵੇ। ਫੈਸ਼ਨ ਸ਼ੋਆਂ ਨੂੰ ਔਰਤਾਂ ਜਿਹੜੀਆਂ ਇਕੱਠੀ ਹੋ ਕੇ ਅੱਗ ਤੱਕ ਲਾ ਦਿੰਦੀਆਂ ਨੇ। ਜੇ ਔਰਤਾਂ ਦੀ ਬਾਡੀ ਵਿਕਦੀ ਹੈ ਤਾਂ ਮਰਦਾਂ ਦੀ ਬਾਡੀ ਵੀ ਉਨੀ ਵਿਕਦੀ ਹੈ। ਜਿਹੜੇ ਚਾਹੁੰਦੇ ਆ ਕਿ ਔਰਤ ਘਰ 'ਚ ਰਹੇ ਬੱਚੇ ਪਾਲੇ, ਉਹਨਾਂ ਲੋਕਾਂ ਨੂੰ ਫਾਇਦਾ ਹੈ। ਜਿਹੜੇ ਚਾਹੁੰਦੇ ਆ ਬੰਦਿਆਂ ਨੂੰ ਅਸੀਂ ਜੰਗਾਂ ਲੜਾਈਏ। ਦੋਸਤੋ, ਸਮਾਜਿਕ ਮੁੱਦੇ 'ਚ ਅਸੀਂ ਵੱਖ ਵੱਖ ਐਕਟੀਵਿਸਟਾਂ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਰਹਿੰਦੇ ਹਾਂ, ਅਤੇ ਅੱਜ ਜਿਸ ਐਕਟੀਵਿਸਟ ਦੇ ਨਾਲ ਤੁਹਾਡੀ ਗੱਲਬਾਤ ਅਸੀਂ ਕਰਵਾਉਣ ਲੱਗੇ ਹਾਂ, ਉਹਨੇ ਸਾਡੇ ਬਹੁਤ ਹੀ ਸਤਿਕਾਰਤ ਵਿਵੇਕ ਜੋਤ, ਜਿਨ੍ਹਾਂ ਨੇ ਰੰਗਮੰਚ, ਰੇਡੀਓ ਦੇ ਨਾਲ ਨਾਲ ਫਿਲਮਾਂ 'ਚ ਵੀ ਆਪਣਾ ਕੰਮ ਜਿਹੜਾ ਹੈਗਾ ਵਿਖਾਇਆ, ਅਤੇ ਨਾਲ ਨਾਲ ਉਹ ਇੱਕ ਐਕਟੀਵਿਸਟ ਦੇ ਤੌਰ 'ਤੇ ਕਾਰਜ ਕਰਦੇ ਨੇ, ਪੇਸ਼ੇ ਵਜੋਂ ਉਹ ਇੱਕ ਲੈਕਚਰਰ ਨੇ, ਅਤੇ ਅੱਡ ਅੱਡ ਯੂਨੀਵਰਸਿਟੀਆਂ ਕਾਲਜਾਂ 'ਚ ਉਹਨਾਂ ਨੇ ਐਜੂਕੇਸ਼ਨ ਬੱਚਿਆਂ ਨੂੰ ਦਿੱਤੀ ਹੈ, ਅਤੇ ਅੱਜ ਕੱਲ੍ਹ ਬਤੌਰ NRI ਕੈਨੇਡਾ 'ਚ ਇਹ ਰਹਿ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਬਾਈ ਤੁਹਾਡਾ। ਧੰਨਵਾਦ ਜੀ। ਅਤੇ ਪਹਿਲਾ ਸਵਾਲ ਤੁਹਾਨੂੰ ਇਹ ਕਿ ਰੰਗਮੰਚ ਤੁਸੀਂ ਕੀਤਾ, ਫਿਲਮਾਂ 'ਚ ਵੀ ਤੁਸੀਂ ਕਰਦੇ ਹੋ ਅਤੇ ਟਰਾਈ ਵੀ ਕਰ ਰਹੇ ਹੋ, ਰੇਡੀਓ 'ਤੇ ਤੁਸੀਂ ਕੀਤਾ, ਇਹ ਜ਼ਰੂਰ ਦੱਸਿਓ ਵੀ ਇਸ ਫੀਲਡ 'ਚ ਤੁਸੀਂ ਕਿੰਨਾ ਕਿੰਨਾ ਪਰਸਨੈਲਿਟੀਜ਼ ਦੇ ਨਾਲ ਕੰਮ ਕੀਤਾ ਅਤੇ ਕਿਹੜੇ ਕਿਹੜੇ ਨਾਟਕ ਤੁਸੀਂ ਕੀਤੇ ਆ? ਹਾਂਜੀ, ਮੈਨੂੰ ਨਾ ਇਹ ਲੱਗਦਾ ਹੈ ਕਿ ਜਿਹੜੇ ਰੰਗਮੰਚ ਦੇ ਬੀਜ ਹੁੰਦੇ ਆ ਨਾ, ਇਹ ਤੁਹਾਡੇ ਘਰ 'ਚੋਂ ਹੀ ਉੱਗਦੇ ਨੇ। ਅਤੇ ਮੇਰੇ ਘਰ 'ਚ ਪਹਿਲਾਂ ਹੀ ਮੇਰੇ ਪੇਰੈਂਟਸ ਇਸ ਚੀਜ਼ ਨਾਲ ਕਰਦੇ ਸੀਗੇ ਕੰਮ, ਤਾਂ ਮੈਂ ਉਹਨਾਂ ਨਾਲ ਨਾ ਜਿਵੇਂ ਜੋ ਛੋਟੀ ਹੁੰਦੀ ਸੀਗੀ ਤਰਸ਼ੀ ਸੁਸਾਇਟੀ ਦੇ ਜਿਹੜੇ ਮੇਲੇ ਹੁੰਦੇ ਸੀ, ਇਜਲਾਸ ਹੁੰਦੇ ਸੀਗੇ, ਉਹਨਾਂ 'ਚ ਜਾਣਾ, ਤਾਂ ਜਦੋਂ ਬਾਕੀਆਂ ਨੇ ਕਰਨਾ ਜਿਵੇਂ ਸਾੜ ਸਤੀ ਹੁੰਦਾ ਸੀਗਾ ਜਾਂ ਇਹੋ ਜਿਹੇ ਹੁੰਦੇ ਸੀਗੇ, ਤਾਂ ਮੈਨੂੰ ਬੜਾ ਇੰਟਰਸਟ ਜਾਗਣਾ ਕਿ ਇਹ ਕਰਦੇ ਆਪਾਂ ਵੀ ਕਰੀਏ। ਫਿਰ ਅਸੀਂ ਛੋਟੀਆਂ ਛੋਟੀਆਂ ਕੋਰੀਓਗ੍ਰਾਫੀਆਂ ਬਣਾਉਣੀਆਂ ਮੰਮੀ ਹੋਰਾਂ ਨੇ, ਡੈਡੀ ਹੋਰਾਂ ਨੇ ਰਲ ਕੇ, ਅਤੇ ਫਿਰ ਅਸੀਂ ਉਸ ਟਾਈਪ ਦਾ ਐਕਟੀਵਿਜ਼ਮ ਵਾਲੇ ਜਿਹੜਾ ਥੀਏਟਰ ਕਹਿ ਲਈਏ ਜਾਂ ਐਂਟਰਟੇਨਮੈਂਟ ਕਹਿ ਲਈਏ, ਉਹ ਕਰਨਾ ਸ਼ੁਰੂ ਕੀਤਾ। ਅਤੇ ਉਦੋਂ ਬਾਅਦ ਜਦੋਂ ਤੁਸੀਂ ਇੱਕ ਵਾਰ ਸਟੇਜ 'ਤੇ ਜਾਣ ਲੱਗ ਪੈਂਦੇ ਹੋ ਤਾਂ ਤੁਹਾਡਾ ਝਾਕਾ ਖੁੱਲ੍ਹ ਜਾਂਦਾ। ਉਸ ਤੋਂ ਬਾਅਦ ਜਦੋਂ ਅਸੀਂ 92 ਦੇ ਵਿੱਚ ਇੱਕ ਵਾਰੀ ਮੈਂ ਐਜ਼ ਅ ਚਾਈਲਡ ਆਰਟਿਸਟ ਵੀ ਫਿਲਮ 'ਚ ਕੰਮ ਕੀਤਾ ਸੀਗਾ, ਤਾਂ ਹੁਣ ਮੈਨੂੰ ਲੱਗਦਾ ਕਿ ਮੈਨੂੰ ਕੈਮਰੇ 'ਤੇ ਜਾਂ ਫਿਰ ਸਟੇਜਾਂ 'ਤੇ ਜ਼ਿਆਦਾ ਕੰਫਰਟੇਬਲ ਫੀਲ ਹੁੰਦਾ। ਜਿਵੇਂ ਕਿ ਕੈਨੇਡਾ 'ਚ ਅਸੀਂ ਜਸਕਰਨ ਭਾਜੀ ਹੋਰਾਂ ਦਾ ਥੀਏਟਰ ਗਰੁੱਪ ਹੈ, ਮੈਂ ਉਹਨਾਂ ਨਾਲ ਜੁੜੀ ਹੋਈ ਹਾਂ, ਜਾਂ ਫਿਰ ਇੰਡੀਆ ਤੋਂ ਸੁਰਿੰਦਰ ਸ਼ਰਮਾ ਹੋਰੇ ਪਲੇਜ਼ ਲੈ ਕੇ ਜਾਂਦੇ ਆ, ਮੈਂ ਉਹਨਾਂ ਨਾਲ ਜੁੜੀ ਹੋਈ ਹਾਂ। ਜੀ,
ਅੱਛਾ, ਜਿਵੇਂ ਇੱਕ ਸਵਾਲ ਹੋਰ, ਇਹ ਨਿੱਜੀ ਤੁਹਾਡਾ ਸਵਾਲ ਹੈ, ਇਹਦਾ ਜਵਾਬ ਦੇ ਵੀ ਸਕਦੇ ਹੋ, ਨਹੀਂ ਵੀ ਤੁਸੀਂ ਦੇ ਸਕਦੇ ਹੋ। ਉਹ ਸਵਾਲ ਇਹ ਕਿ ਡਾਕਟਰ ਚਰਨਜੀਤ ਵਰਗੇ ਸਮਾਜ ਨਾਲ ਜੁੜੇ ਹੋਏ ਲੋਕ, ਬਰਾੜ ਸਰ ਵਰਗੇ ਘਰ 'ਚ ਤੁਸੀਂ ਪੈਦਾ ਹੋਏ ਹੋ, ਅਤੇ ਇੰਨੇ ਵੱਡੇ ਰੁੱਖਾਂ ਹੇਠ ਰਹਿਣਾ ਅਤੇ ਆਪਣੀ ਆਈਡੈਂਟੀ ਨੂੰ ਮਿਸ ਕਰਦੇ ਹੋ? ਇਹ ਤਾਂ ਜੀ ਮੈਂ 100% ਬਿਲੀਵ ਕਰਦੀ ਹਾਂ ਕਿ ਬੋਰਡ ਥੱਲੇ ਘਾਹ ਨਹੀਂ ਉੱਗ ਸਕਦਾ, ਤਾਂ ਉਹ ਤਾਂ ਹੀ ਆਪਾਂ ਕਹਿੰਦੇ ਹਾਂ ਕਿ ਡਿਸਪਰਸ਼ਨ ਜ਼ਰੂਰੀ ਹੈ। ਜਿਵੇਂ ਸਾਇੰਸ 'ਚ ਆਪਣਾ ਇੱਕ ਸਿਧਾਂਤ ਹੁੰਦਾ ਕਿ ਕੋਈ ਚੀਜ਼ ਜਾਂ ਉੱਡ ਕੇ ਦੂਰ ਜਾਵੇ ਜਾਂ ਪਾਣੀ 'ਚ ਵਹਿ ਕੇ ਦੂਰ ਜਾਵੇ, ਤਾਂ ਮੈਨੂੰ ਇਹ ਲੱਗਦਾ ਕਿ ਇੱਥੇ ਸਾਰੇ ਮੈਨੂੰ ਸਿਰਫ ਉਹਨਾਂ ਦੀ ਬੇਟੀ ਵਜੋਂ ਜਾਣਦੇ ਆ, ਪਰ ਜਦ ਤੋਂ ਮੈਂ ਕੈਨੇਡਾ ਗਈ ਹਾਂ ਉੱਥੇ ਇਹ ਤਾਂ ਨਹੀਂ ਮੈਂ ਕਹਿ ਸਕਦੀ ਕਿ ਮੇਰਾ ਕੋਈ ਨਾਮ ਹੈ, ਪਰ ਐਟਲੀਸਟ ਜਿਹੜਾ ਮੇਰਾ ਨਾਮ ਹੈ ਉਹ ਮੇਰੇ ਕਰਕੇ ਹੈ, ਮੇਰੇ ਘਰ ਦੇ ਆਪਣੀ ਇੱਕ ਪਰਸਨਲ ਆਈਡੈਂਟੀ ਜਿਹੜੀ ਹੈਗੀ ਹੈ। ਅੱਛਾ, ਇੱਕ ਸਵਾਲ ਤੁਹਾਨੂੰ, ਇਹ ਤੁਸੀਂ ਇੱਕ ਐਕਟੀਵਿਸਟ ਦੇ ਤੌਰ 'ਤੇ ਵੀ ਕੰਮ ਕਰਦੇ ਹੈਗੇ ਹੋ, ਸਮਾਜ 'ਚ ਵਿਚਰਦੇ ਹੋ ਜਾਂ ਦੇਖਦੇ ਹੋ ਜਿਸ ਤਰ੍ਹਾਂ ਦੀ ਵਿਤਕਰੇਬਾਜ਼ੀ ਹੈਗੀ ਹੈ, ਅਕਸਰ ਕਿਹਾ ਜਾਂਦਾ ਹੈ ਕਿ ਔਰਤ ਜਿਹੜੀ ਹੈਗੀ ਹੈ ਉਹ ਸਰੀਰਕ ਤੌਰ 'ਤੇ ਕਮਜ਼ੋਰ ਹੈ, ਅਤੇ ਤੁਹਾਨੂੰ ਇਹ ਲੱਗਦਾ ਕਿ ਬਾਇਓਲੋਜੀ ਜਿਹੜੀ ਹੈਗੀ ਹੈ, ਬਾਇਓਲੋਜੀਕਲੀ ਔਰਤ ਜਿਹੜੀ ਹੈਗੀ ਹੈ, ਔਰਤ ਕਮਜ਼ੋਰ ਹੈ ਮਰਦ ਨਾਲੋਂ? ਜੀ ਇਸ ਮੁੱਦੇ 'ਤੇ ਨਾ ਆਪਾਂ ਇਹ ਕਰ ਲੈਂਦੇ ਹਾਂ, ਫੋਰ ਐਗਜ਼ਾਮਪਲ ਜਦੋਂ ਆਪਾਂ ਡਿਸੇਬਿਲਟੀ ਰਾਈਟਸ ਦੀ ਗੱਲ ਕਰਦੇ ਹਾਂ, ਅਤੇ ਜੇ ਕਿਸੇ ਬੰਦੇ ਦੀ ਲੱਤ ਟੁੱਟ ਜਾਂਦੀ ਹੈ ਜੀ, ਕੀ ਉਸ ਬੰਦੇ ਦੇ ਅਧਿਕਾਰ ਘੱਟ ਜਾਂਦੇ ਆ ਸਮਾਜ ਦੇ ਵਿੱਚ ਵਿਚਰਨ ਦੇ? ਨਹੀਂ, ਇਹਦਾ ਮਤਲਬ ਭਾਵੇਂ ਬਾਇਓਲੋਜੀ ਹੋਵੇ ਭਾਵੇਂ ਨਾ, ਜਦੋਂ ਗੱਲ ਅਧਿਕਾਰਾਂ ਦੀ ਆ ਜਾਂਦੀ ਹੈ ਤਾਂ ਆਪਾਂ ਉਹਦੀ ਫਿਜ਼ੀਕਲ ਐਬਿਲਿਟੀ ਜ਼ਿਆਦਾ ਹੈ ਜਾਂ ਘੱਟ ਹੈ ਇਸ ਆਧਾਰ 'ਤੇ ਗੱਲ ਨਹੀਂ ਕਰ ਸਕਦੇ। ਅਤੇ ਮੋਸਟਲੀ ਜਿਹੜਾ ਸਾਡਾ ਐਕਟਿਵਿਜ਼ਮ ਹੈ ਉਹ ਔਰਤ ਨੂੰ ਇੱਕ ਇਨਸਾਨ ਸਮਝ ਕੇ ਬਰਾਬਰ ਦੇ ਹੱਕ ਦੇਣ ਨੂੰ ਲੈ ਕੇ ਹੈ, ਨਾ ਕਿ ਇਹ ਪ੍ਰੂਵ ਕਰਨ ਲਈ ਕਿ ਇਹ ਇਸ ਇਹ ਜ਼ਿਆਦਾ ਮਾਨਸਿਕ ਸਹਿਣ ਸ਼ਕਤੀ ਹੈ, ਇਹ ਜ਼ਿਆਦਾ ਫਿਜ਼ੀਕਲ ਪੇਨ। ਇਹ ਤਾਂ ਬਹੁਤ ਬਾਅਦ ਦੀਆਂ ਗੱਲਾਂ ਨੇ, ਇਹਦੇ ਨਾਲ ਤਾਂ ਕੋਈ ਆਪਣਾ ਸਰੋਕਾਰ ਹੀ ਨਹੀਂ ਹੈ, ਆਪਣਾ ਸਰੋਕਾਰ ਤਾਂ ਸਮਾਜਕ ਹੈ ਜੀ। ਅੱਛਾ, ਜਿਵੇਂ ਖਾਸ ਤੌਰ 'ਤੇ ਜਿਵੇਂ ਸਵਾਲ ਤੁਹਾਨੂੰ ਕਰਾਂ, ਇਹ ਸਵਾਲ ਪਹਿਲਾ ਸਵਾਲ ਤੁਹਾਨੂੰ ਇਹ, ਨਾਰੀਵਾਦੀ ਹੋ? ਹਾਂਜੀ, ਮੈਂ 100% ਨਾਰੀਵਾਦੀ ਹਾਂ। ਕਿਸ ਤਰ੍ਹਾਂ ਦੇ ਨਾਰੀਵਾਦੀ ਹੋ, ਰੈਡੀਕਲ ਹੋ, ਲਿਬਰਲ ਹੋ, ਡੈਮੋਕ੍ਰੈਟਿਕ ਹੋ ਜਾਂ ਅਲਟਰਾ ਲੈਫਟਿਸਟ ਆਈਡੀਓਲੋਜੀ ਨੂੰ ਮੰਨਣ ਵਾਲੇ ਜਾਂ ਲੈਫਟ ਆਈਡੀਓਲੋਜੀ ਨੂੰ ਮੰਨਣ ਵਾਲੇ, ਕਿਉਂਕਿ ਫੈਮਿਨਿਜ਼ਮ ਦੀਆਂ ਵੀ ਸਾਡੀ ਕੈਟਾਗਰੀ 'ਚ ਉਹ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਤੁਸੀਂ? ਮੈਂ ਆਪਣੇ ਆਪ ਨੂੰ ਇੰਟਰਸੈਕਸ਼ਨਲ ਫੈਮਿਨਿਸਟ ਮੰਨਦੀ ਹਾਂ ਜੀ, ਕਿਉਂਕਿ ਮੈਨੂੰ ਇਹ ਲੱਗਦਾ ਕਿ ਜਿਹੜੀ ਤੁਹਾਡੀ ਕਲਾਸ ਸਟਰਗਲ ਹੈ, ਜਿਹੜੀ ਤੁਹਾਡੀ ਕਾਸਟ ਸਟਰਗਲ ਹੈ, ਜਿਹੜੀ ਤੁਹਾਡੀ ਆਪਣੀ ਆਈਡੈਂਟੀ ਨੂੰ ਲੈ ਕੇ ਆ, ਜਿਵੇਂ ਕਿ ਮੈਂ ਹੁਣ ਜਿਹੜੇ ਦੇਸ਼ 'ਚ ਰਹਿੰਦੀ ਹਾਂ ਉੱਥੇ ਅੱਡ ਅੱਡ ਤਰ੍ਹਾਂ ਦੇ ਲੋਕ ਨੇ, ਗੋਰੇ ਨੇ, ਕਾਲੇ ਨੇ, ਚੀਨ ਤੋਂ ਨੇ, ਏਸ਼ੀਅਨ ਨੇ, ਤਾਂ ਉਹਨਾਂ ਦੀ ਵੀ ਆਪਦੀ ਇੱਕ ਅਲੱਗ ਆਈਡੈਂਟੀ ਪ੍ਰੋਬਲਮ ਹੈ। ਅਤੇ ਜਦੋਂ ਆਪਾਂ ਉਹਨਾਂ ਚੀਜ਼ਾਂ ਨੂੰ ਵਿੱਚ ਨਹੀਂ ਲੈ ਕੇ ਆਉਂਦੇ, ਜਦੋਂ ਆਪਾਂ ਟਰਾਂਸ ਰਾਈਟਸ ਨੂੰ ਵਿੱਚ ਨਹੀਂ ਲੈ ਕੇ ਆਉਂਦੇ, ਫਿਰ ਉਹ ਇੱਕ ਖਾਸ ਜਿਹਾ ਫੈਮਿਨਿਜ਼ਮ ਬਣ ਜਾਂਦਾ, ਜਿਸ ਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਹਾਂ ਕਿ ਵਾਈਟ ਫੈਮਿਨਿਜ਼ਮ ਬਣ ਜਾਂਦਾ, ਅਤੇ ਪੰਜਾਬੀ 'ਚ ਜੇ ਆਪਾਂ ਕਹਿ ਲਈਏ ਤਾਂ ਸਵਰਨ ਜਾਤੀਆਂ ਦਾ, ਇੱਕ ਸਿਰਫ ਮੇਰਾ ਅਧਿਕਾਰ ਮੇਰਾ ਰਹੇ ਬਾਕੀਆਂ ਦਾ ਨਾ ਰਹੇ। ਤੇ ਮੈਂ ਇਹ ਬਿਲੀਵ ਕਰਦੀ ਹਾਂ ਕਿ ਮੈਂ ਉਦੋਂ ਤੱਕ ਆਜ਼ਾਦ ਨਹੀਂ ਹਾਂ ਜਦੋਂ ਤੱਕ ਸਾਰੇ ਆਜ਼ਾਦ ਨਹੀਂ ਜੀ। ਅੱਛਾ ਮੈਮ, ਜਿਵੇਂ ਆਪਾਂ ਦੇਖਦੇ ਹਾਂ ਕਿ ਦਾਬਾ ਜਿਹੜਾ ਹੈਗਾ ਔਰਤ ਦੇ ਉੱਤੇ, ਉਹ ਚਾਹੇ ਵੈਸਟਰਨ ਵਰਲਡ 'ਚ ਹੋਵੇ, ਚਾਹੇ ਉਹ ਭਾਰਤੀ ਕਹਿ ਲਓ ਏਸ਼ੀਅਨ ਸੋਸਾਇਟੀ 'ਚ ਸਾਡੀ 'ਚ ਹੋਵੇ, ਅਤੇ ਉਹਦੇ 'ਚ ਤੁਸੀਂ ਦੋਵੇਂ ਸਮਾਜਾਂ 'ਚ ਵਿਚਰੇ ਹੋ, ਮਲਟੀਕਲਚਰਲ ਜਿਹੜਾ ਇੱਕ ਜਿਹੜਾ ਦੇਸ਼ ਹੈ
ਉਹਦੇ ਤੁਸੀਂ ਰਹਿ ਰਹੇ ਹੋ, ਅੱਡ ਅੱਡ ਐਥਨੀਸਿਟੀ ਦੇ ਅੱਡ ਅੱਡ ਹੈ ਨਾ ਲੋਕਾਂ ਦੇ ਨਾਲ ਤੁਸੀਂ ਵਿਚਰਦੇ ਹੋ, ਤਾਂ ਤੁਸੀਂ ਭਾਰਤ ਅਤੇ ਵੈਸਟਰਨ ਜਿਹੜੀ ਸੁਸਾਇਟੀ ਦਾ ਮੇਲ ਡੋਮੀਨੈਂਸ ਵਾਲੀ ਜਿਹੜੀ ਸੁਸਾਇਟੀ ਹੈ ਉਹਦੇ 'ਚ ਕਿਸ ਤਰ੍ਹਾਂ ਦਾ ਅੰਤਰ ਤੁਸੀਂ ਦੇਖਦੇ ਹੋ? ਦੇਖੋ ਜੇ ਆਪਾਂ ਸਿਰਫ ਮੇਲ ਡੋਮੀਨੈਂਸ ਦੀ ਗੱਲ ਕਰੀਏ, ਇਹ ਨਾ ਕੁਛ ਸੁਸਾਇਟੀਜ਼ 'ਚ ਬਹੁਤ ਬਾਹਰੀ ਤੌਰ 'ਤੇ ਪਿਆ ਹੁੰਦਾ ਅਤੇ ਕੁਛ ਸੁਸਾਇਟੀਜ਼ 'ਚ ਥੋੜ੍ਹਾ ਲੁਕਵਾਂ ਹੁੰਦਾ। ਇਹ ਪ੍ਰੈਜੈਂਟ ਹਰ ਸੁਸਾਇਟੀਜ਼ ਹੈ। ਜੇ ਆਪਾਂ ਇਹ ਕਹਿ ਦਈਏ ਕਿ ਕੈਨੇਡਾ, ਅਮਰੀਕਾ ਜਾਂ ਵਿਕਸਿਤ ਦੇਸ਼ਾਂ 'ਚ ਇਹ ਚੀਜ਼ ਨਹੀਂ ਹੁੰਦੀ, ਇਹ ਸਰਾਸਰ ਗਲਤ ਹੋਊਗਾ। ਮੈਂ ਨਾ ਤੁਹਾਨੂੰ ਇੱਕ ਇਗਜ਼ਾਮਪਲ ਨਾ, ਕਈ ਵਾਰ ਨਾ ਜੇ ਆਪਾਂ ਸਿਰਫ ਫੈਮਿਨਿਸਟ ਇਗਜ਼ਾਮਪਲ ਦਈਏ ਫਿਰ ਲੋਕ ਕਹਿੰਦੇ ਵੀ ਤੁਸੀਂ ਤਾਂ ਸਿਰਫ ਅਤੇ ਸਿਰਫ ਨਾਰੀਵਾਦ ਦੀ ਗੱਲ ਕਰਦੇ ਹੋ, ਤੁਹਾਨੂੰ ਹੋਰ ਚੀਜ਼ਾਂ ਦਾ ਪਤਾ ਨਹੀਂ। ਤਾਂ ਮੈਂ ਇਗਜ਼ਾਮਪਲ ਨਾ ਤੁਹਾਨੂੰ ਰੇਸਿਜ਼ਮ ਦਾ ਦੇ ਦਿੰਦੀ ਹਾਂ। ਇੱਕ ਵਾਰੀ ਅਸੀਂ ਨਾ 2017 'ਚ ਇੰਡੀਆਨਾ ਯੂਨੀਵਰਸਿਟੀ ਗਏ ਸੀਗੇ ਫਿਲਮ ਮੇਕਿੰਗ ਦੀ ਵਰਕਸ਼ਾਪ ਲਾਉਣ, ਤਾਂ ਉੱਥੇ ਸਾਡਾ ਇੱਕ ਇੰਸਟਰਕਟਰ ਸੀਗਾ, ਉਹ ਬਲੈਕ ਸੀਗਾ। ਅਸੀਂ ਉਹਨੂੰ ਕਿਹਾ ਵੀ ਇੱਥੇ ਤਾਂ ਬਿਲਕੁਲ ਰੇਸਿਜ਼ਮ ਨਹੀਂ ਹੈਗਾ ਕਿਉਂਕਿ ਇਹ ਰੈੱਡ ਸਟੇਟ ਹੈ, ਸਾਨੂੰ ਸੀਗਾ ਪਹਿਲੀ ਵਾਰ ਟਰੰਪ ਆਇਆ, ਪਤਾ ਨਹੀਂ ਕਿੰਨੇ ਕੁ ਰੇਸਿਸਟ ਲੋਕ ਹੋਣਗੇ। ਉਹਨੇ ਸਾਨੂੰ ਇੱਕ ਗੱਲ ਕਹੀ ਕਿ ਹੁਣ ਸਮੈਸਟਰ ਚੱਲ ਰਿਹਾ, ਤੁਸੀਂ ਜਦੋਂ ਹੀ ਛੁੱਟੀਆਂ ਹੋ ਗਈਆਂ ਉਦੋਂ ਲੋਕਾਂ ਦੇ ਅਸਲੀ ਰੰਗ ਆਉਂਦੇ ਦੇਖਿਓ, ਕਿਉਂਕਿ ਜਿਹੜੇ ਉੱਥੋਂ ਦੇ ਵਸਨੀਕ ਨੇ ਉਹ ਆਪਦੇ ਆਪਦੇ ਘਰੇ ਚਲੇ ਜਾਂਦੇ ਨੇ, ਉੱਥੋਂ ਦੇ ਸਟੂਡੈਂਟ ਘਰੇ ਚਲੇ ਜਾਂਦੇ, ਉਹਨਾਂ ਨੂੰ ਕੋਈ ਚੈੱਕ ਕਰਨ ਵਾਲਾ ਨਹੀਂ ਹੁੰਦਾ ਜਿਹੜੇ ਉੱਥੋਂ ਦੇ ਲੋਕ ਨੇ, ਲੋਕਲ ਨੇ। ਫਿਰ ਉਹਨਾਂ ਦਾ ਰੇਸਿਜ਼ਮ ਬਾਹਰ ਆਉਂਦਾ, ਉਦੋਂ ਉਹ ਕੋਈ ਪੈਡੈਸਟ੍ਰੀਅਨ ਵਾਸਤੇ ਕਾਰਾਂ ਨਹੀਂ ਰੋਕਦੇ, ਉਦੋਂ ਉਹ ਆਉਂਦੇ ਜਾਂਦੇ ਦੂਜੀਆਂ ਮਾਈਨੋਰਿਟੀਜ਼ ਨੂੰ ਗਾਲਾਂ ਵੀ ਕੱਢ ਜਾਂਦੇ ਆ। ਤਾਂ ਉਹੀ ਗੱਲ ਹੈ, ਉਹ ਚੀਜ਼ ਲੁਕਵੇਂ ਤੌਰ 'ਤੇ ਬਾਹਰ ਆਊਗੀ ਜਾਂ ਫਿਰ ਉਹ ਚੀਜ਼ ਬਿਲਕੁਲ ਸਿੱਧੇ ਤੌਰ 'ਤੇ ਬਾਹਰ ਆਊਗੀ। ਤਾਂ ਫੈਮਿਨਿਜ਼ਮ ਨਾਲ ਵੀ ਸੇਮ ਹੀ ਚੀਜ਼ ਹੁੰਦੀ ਹੈ। ਇਸੇ ਕਰਕੇ ਮੈਂ ਜਿਵੇਂ ਤੁਹਾਨੂੰ ਆਪਣੀ ਪਛਾਣ ਦੱਸੀ ਸੀ ਕਿ ਇੰਟਰਸੈਕਸ਼ਨਲ ਹੈ, ਆਪਾਂ ਬਾਕੀ ਚੀਜ਼ਾਂ ਨੂੰ ਖਾਰਜ ਨਹੀਂ ਕਰ ਸਕਦੇ ਉਹਦੇ ਵਿੱਚ। ਅੱਛਾ, ਇੱਕ ਜਿਹੜਾ ਆਮ ਤੌਰ 'ਤੇ ਕਿਹਾ ਜਾਂਦਾ ਕਿ ਜਿਹੜਾ ਇੰਪੀਰੀਅਲਿਜ਼ਮ ਜਿਹੜਾ ਹੈਗਾ, ਇਹ ਇੰਪੀਰੀਅਲਿਸਟਿਕ ਜਿਹੜਾ ਕਲਚਰ ਹੈ ਉਹਦੇ 'ਚ ਜਿਹੜੀ ਭਾਰਤੀ ਔਰਤ ਜਿਹੜੀ ਹੈਗੀ ਹੈ, ਖਾਸ ਤੌਰ 'ਤੇ ਜਦੋਂ ਅਸੀਂ ਵਿਕਸਿਤ ਸਮਾਜਾਂ ਦੇ ਨਾਲ ਕੰਪੈਰੀਜ਼ਨ ਕਰਦੇ ਹਾਂ ਭਾਰਤੀ ਔਰਤ ਦਾ, ਤਾਂ ਉਹ ਕਿਹਾ ਜਾਂਦਾ ਵੀ ਇੱਥੇ ਜਿਹੜੀ ਭਾਰਤੀ ਔਰਤ ਜਿਹੜੀ ਇਨਫੀਰੀਅਰਟੀ ਜਿਹੜਾ ਕੰਪਲੈਕਸ ਹੈ ਉਹਦੀ ਸ਼ਿਕਾਰ ਹੁੰਦੀ ਹੈ। ਅਤੇ ਤੁਸੀਂ ਇਸ ਸਾਰੀ ਚੀਜ਼ ਨੂੰ ਕਿਸ ਤਰ੍ਹਾਂ ਦੇਖਿਆ ਉੱਥੇ ਵਿਚਰਦੇ ਹੋ? ਵੈਸੇ ਮੈਨੂੰ ਇਹ ਨਹੀਂ ਲੱਗਦਾ ਕਿ ਭਾਰਤੀ ਔਰਤ ਕਿਸੇ ਵੀ ਤਰ੍ਹਾਂ ਦਾ ਇਨਫੀਰੀਅਰਿਟੀ ਕੰਪਲੈਕਸ ਦਾ ਸ਼ਿਕਾਰ ਹੈ, ਕਿਉਂਕਿ ਆਪਣੇ ਦੇਸ਼ ਦਾ ਨਾ ਭਾਵੇਂ ਕਲਚਰ ਜਿੰਨਾ ਮਰਜ਼ੀ ਮਿਸੋਜਨਿਸਟ ਹੋਵੇ, ਇਹਨਾਂ ਦੀ ਮਿਸੋਜਨੀ ਇਸ ਹਿਸਾਬ ਦੀ ਹੈ ਕਿ ਇਹ ਕਹਿੰਦੇ ਆ ਵੀ ਕੁੜੀ ਤਾਂ ਦੇਵੀ ਹੈ, ਇਹ ਤਾਂ ਸਾਡੇ ਘਰ ਲਕਸ਼ਮੀ ਆ ਗਈ, ਭਾਵੇਂ ਉਹ ਸਿਰਫ ਵਰਡਸ ਹੁੰਦੇ ਨੇ ਤੁਹਾਡੇ ਨਾਲ ਵਿਤਕਰਾ ਕਰਨ ਦੀ ਲੰਬੇ ਵੱਡੇ ਜੇ ਆਪਾਂ ਵੱਡੇ ਪਰਪੇਖਾਂ ਨੂੰ ਦੇਖੀਏ, ਪਰ ਉਹ ਨਾ ਇੱਕ ਤਰ੍ਹਾਂ ਦਾ ਉਹ ਭਰਦੀ ਹੈ ਤੁਹਾਡੇ ਅੰਦਰ ਕਿ ਮੇਰੇ 'ਚ ਜੇ ਹੋਰ ਚੀਜ਼ਾਂ ਨਹੀਂ ਹੈਗੀਆਂ, ਭਾਵੇਂ ਮੈਨੂੰ ਬਾਹਰ ਜਾਣਾ ਨਹੀਂ ਅਲਾਊਡ ਹੈਗਾ ਫੋਰ ਐਗਜ਼ਾਮਪਲ, ਪਰ ਮੇਰੇ ਅੰਦਰ ਆਹ ਵਾਲੀ ਐਬਿਲਿਟੀ ਹੈ, ਜੋ ਕਿ ਵੈਸਟਰਨ ਔਰਤ ਨੂੰ ਭਾਵੇਂ ਕਿ ਉਹਨੂੰ ਸਮੱਸਿਆਵਾਂ ਉਹੀ ਆਉਂਦੀਆਂ ਵਰਕ ਪਲੇਸ ਸਮੱਸਿਆਵਾਂ ਜਿਵੇਂ ਕਿ ਆਪਾਂ ਗੱਲ ਕਰ ਲਈਏ, ਪਰ ਉਹਦੇ ਅੰਦਰ ਉਹ ਵਾਲੀ ਚੀਜ਼ ਨਹੀਂ ਰਹਿੰਦੀ ਕਿ ਘਰਦੇ ਤਾਂ ਮੇਰੇ ਨਾਲ ਖੜੇ ਆ। ਇੰਡੀਅਨ ਔਰਤ ਨੂੰ ਭਾਵੇਂ ਆਪਾਂ ਆਪਾਂ ਇਹ ਕਹਿ ਸਕਦੇ ਹਾਂ ਸਿੱਧੇ ਤੌਰ 'ਤੇ ਪੈਤਰਕੀ ਦਾ ਫਾਇਦਾ ਹੁੰਦਾ ਜੀ। ਅੱਛਾ, ਜਿਵੇਂ ਪਿਓਰਟੀ ਅਤੇ ਪੋਲਿਊਸ਼ਨ ਦੇ ਨਾਲ ਜਿਹੜਾ ਔਰਤ ਨੂੰ ਜੋੜ ਕੇ ਦੇਖਿਆ ਜਾਂਦਾ ਖਾਸ ਤੌਰ 'ਤੇ ਭਾਰਤੀ ਸਮਾਜ 'ਚ, ਅਤੇ ਜਿਹੜਾ ਪਿਓਰਟੀ ਦਾ ਜਿਹੜਾ ਕੰਸੈਪਟ ਹੈ ਕਿ ਅਤੇ ਉਹਨੂੰ ਤੁਸੀਂ ਬੀਂਗ ਏ ਯੰਗ ਗਰਲ ਕਿਸ ਤਰ੍ਹਾਂ ਦੇਖਦੇ ਹੋ? ਹੁਣ ਦੇਖੋ, ਪਿਓਰਟੀ ਦਾ ਜਿਹੜਾ ਕੰਸੈਪਟ ਹੈ ਨਾ, ਇੱਕ ਤਾਂ ਭਾਰਤ ਦਾ ਓਰਿਜਨਲ ਨਹੀਂ ਹੈ, ਆਪਾਂ ਦੇਖੀਏ ਇਹ
ਜਦੋਂ ਹੁਣ ਤੁਸੀਂ ਤਾਂ ਸਾਰਾ ਕੁਝ ਪੜਿਆ ਹੋਇਆ ਹੈ ਨਾ, ਇੰਗਲਜ਼ ਉਹਨੇ ਸਾਰਾ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਕਿ ਪਿਓਰਟੀ ਦਾ ਕੰਪਲੈਕਸ ਸਾਰਾ ਕਨਸੈਪਟ ਅਸਲ 'ਚ ਆਇਆ ਕਿੱਥੋਂ ਹੈ। ਤਾਂ ਆਪਾਂ ਜਦੋਂ ਭਾਰਤੀ ਸਮਾਜ ਦੀ ਪਿਓਰਟੀ ਦਾ ਕਰਦੇ ਆ ਨਾ, ਤਾਂ ਮੈਨੂੰ ਇਹ ਲੱਗਦਾ ਹੈ ਕਿ ਕਿਉਂਕਿ ਕੁੜੀਆਂ ਨੂੰ ਇੰਨੀ ਖੁੱਲ੍ਹ ਨਹੀਂ ਮਿਲਦੀ ਜਦੋਂ ਉਹ 25-30 ਸਾਲਾਂ ਦੀਆਂ ਹੋ ਜਾਂਦੀਆਂ ਅਤੇ ਵਿਆਹ ਵਾਲਾ ਟਾਈਮ ਆ ਜਾਂਦਾ ਉਹਨਾਂ ਦੇ, ਤਾਂ ਉਹਨਾਂ ਦੇ ਤਾਂ ਇਹ ਕੁਐਸਚਨ ਲੱਗਣ ਲੱਗ ਪੈਂਦਾ ਕਿ ਕੀ ਇਹ ਜਿਹਨੂੰ ਆਪਾਂ ਕਹਿੰਦੇ ਕਿ ਸੋ ਕਾਲਡ ਪਿਓਰ ਹੈ ਕਿ ਨਹੀਂ। ਪਰ ਵੈਸਟਰਨ ਸੋਸਾਇਟੀਜ਼ ਜਦੋਂ ਇੱਕੋ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇੱਕੋ ਜਿਹੀ ਉਹਨਾਂ ਦੀ ਅਪਬ੍ਰਿੰਗਿੰਗ ਹੈ, ਆਪਣੀ ਅਪਬ੍ਰਿੰਗਿੰਗ 'ਚ ਮੈਨੂੰ ਇਹ ਲੱਗਦਾ ਕਿ ਫਰਕ ਕੀਤਾ ਜਾਂਦਾ ਕੁੜੀ ਮੁੰਡਿਆਂ ਦੀ 'ਚ। ਅੱਗੇ ਜਾ ਕੇ ਜਿਹੜੀ ਪ੍ਰੋਬਲਮ ਆਉਂਦੀ ਹੈ ਉਹ ਤਾਂ ਹਰੇਕ ਸਮਾਜ 'ਚ ਹੀ ਆਉਂਦੀ ਹੈ, ਪਰ ਅਪਬ੍ਰਿੰਗਿੰਗ ਦੇ ਵਿੱਚ ਕਿਉਂਕਿ ਵੈਸਟਰਨ ਸਮਾਜਾਂ 'ਚ ਇੰਨਾ ਫਰਕ ਨਹੀਂ ਹੈ, ਤਾਂ ਉੱਥੇ ਜਾ ਕੇ ਉਹਨਾਂ ਨੂੰ ਉਹ ਵਾਲੀ ਪਿਓਰਟੀ ਕਲਚਰ ਵਾਲੀ ਇੰਨੀ ਪ੍ਰੋਬਲਮ ਨਹੀਂ ਆਉਂਦੀ ਜਿੱਥੋਂ ਤੱਕ ਮੈਨੂੰ ਪਤਾ। ਪਰ ਆਪਾਂ ਇੱਥੇ ਪਿਓਰਟੀ ਕਲਚਰ ਕਹਿ ਦਿੰਦੇ ਹਾਂ, ਵੈਸਟਰਨ ਲੋਕ ਇਹਨੂੰ ਬੋਡੀ ਕਾਊਂਟ ਕਹਿ ਦਿੰਦੇ ਆ, ਪਰ ਮੈਨੂੰ ਇਹ ਲੱਗਦਾ ਇਹ ਦੋਨਾਂ ਹੀ ਮਾਮਲਿਆਂ ਦੇ ਵਿੱਚ ਐਗਜ਼ਿਸਟ ਕਰਦਾ। ਪਰ ਭਾਰਤੀ ਸਮਾਜ ਥੋੜਾ ਇਹਦੇ ਨਾਲ ਆਬਸੈਸ ਜ਼ਿਆਦਾ। ਜੀ ਜਿਵੇਂ ਅਗਲੀ ਗੱਲ ਮੈਂ ਤੁਹਾਨੂੰ ਕਰਾਂ ਕਿ ਜਿਵੇਂ ਜਿਵੇਂ ਦੇਸ਼ ਨੇ ਤਰੱਕੀ ਕੀਤੀ ਹੈ, ਭਾਰਤ ਨੇ ਵੀ ਤਰੱਕੀ ਕੀਤੀ ਹੈ, ਵਿਸ਼ਵ ਨੇ ਤਰੱਕੀ ਕੀਤੀ, ਗਲੋਬਲਾਈਜੇਸ਼ਨ ਦਾ ਇਹ ਜ਼ਮਾਨਾ ਹੈ, ਅਤੇ ਬਹੁਤ ਸਾਰੇ ਸਟੂਡੈਂਟ ਜਿਹੜੇ ਨੇ ਐਜੂਕੇਸ਼ਨ ਲੈਣ ਵਾਸਤੇ, ਕਿੱਤਾ ਕਰਨ ਵਾਸਤੇ ਬਾਹਰ ਰਹਿ ਰਹੇ ਨੇ, ਅਤੇ ਜਦੋਂ ਭਾਰਤੀ ਕੁੜੀਆਂ ਇੱਥੋਂ ਜਾਂਦੀਆਂ ਨੇ ਵਿਕਸਿਤ ਮੁਲਕਾਂ 'ਚ ਜਾਂਦੀਆਂ ਨੇ, ਅਕਸਰ ਇਹ ਚਰਚਾ ਛਿੜਦੀ ਹੈ ਕਿ ਭਾਈ ਉੱਥੇ ਜਾ ਕੇ ਜੀ ਬੜਾ ਗੰਦ ਪਾ ਦਿੱਤਾ ਜੀ, ਕੁੜੀਆਂ ਵਿਗੜ ਜਾਂਦੀਆਂ, ਉੱਥੇ ਕੁੜੀਆਂ ਵਿਗੜ ਜਾਂਦੀਆਂ ਨੇ ਜੀ। ਅਤੇ ਅੱਜ ਕੱਲ੍ਹ ਰਿਪੋਰਟਸ ਵੀ ਕੁਛ ਲੇਡੀਜ਼ ਕੱਢ ਕੇ ਲੈ ਕੇ ਆਈਆਂ ਨੇ ਕਿ ਭਾਈ ਕੁੜੀਆਂ ਜਿਹੜੀਆਂ ਹੈਗੀਆਂ ਨੇ ਉਹ ਭਾਈ ਭਾਰਤੀ ਕੁੜੀਆਂ ਨੂੰ ਧੰਦੇ 'ਚ ਧਕੇਲਿਆ ਜਾ ਰਿਹਾ। ਤੁਸੀਂ ਉੱਥੇ ਰਹਿੰਦੇ ਆ, ਕੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਕਿਸ ਤਰ੍ਹਾਂ ਮਹਿਸੂਸ ਕੀਤਾ? ਦੇਖੋ ਜੀ, ਮੈਂ ਉੱਥੇ ਜਦੋਂ ਗਈ ਹਾਂ, ਕਿਉਂਕਿ ਮੈਂ ਸਟੂਡੈਂਟ ਲਾਈਫ ਫੇਸ ਨਹੀਂ ਕੀਤੀ, ਤਾਂ ਮੈਂ ਬਾਕੀਆਂ ਨੂੰ ਦੇਖਿਆ, ਤਾਂ ਮੇਰੀ ਆਬਜ਼ਰਵੇਸ਼ਨ ਇੱਕ ਆਊਟਸਾਈਡਰ ਵਜੋਂ ਹੋਊਗੀ, ਇਨਸਾਈਡਰ ਵਜੋਂ ਨਹੀਂ ਹੋਊਗੀ। ਪਰ ਜਿਹੜੇ ਬੱਚੇ ਨੇ 18-18 ਸਾਲਾਂ ਦੇ, ਭਾਵੇਂ ਉਹ ਮੁੰਡੇ ਨੇ ਭਾਵੇਂ ਉਹ ਕੁੜੀਆਂ ਨੇ, ਮੈਂ ਉਹਨਾਂ ਨੂੰ ਇੰਨੀ ਜ਼ਿਆਦਾ ਮਿਹਨਤ ਕਰਦੇ ਦੇਖਿਆ। ਹੁਣ ਆਪਣੇ ਮੁੰਡਿਆਂ ਨੂੰ ਕਹਿ ਦਿੰਦੇ ਵੀ ਉਹ ਜਾ ਕੇ ਉੱਥੇ ਗੈਂਗਸਟਰ ਬਣ ਗਏ, ਉਹ ਜਾ ਕੇ ਉੱਥੇ ਡਰੱਗਸ ਵੇਚਣ ਲੱਗ ਪਏ, ਪਰ ਕੋਈ ਇਹ ਤਾਂ ਨਹੀਂ ਕਹਿੰਦਾ ਕਿ ਸਾਰੇ ਮੁੰਡਿਆਂ ਨੂੰ ਭੇਜਣਾ ਬੰਦ ਕਰ ਦਿਓ ਬਾਹਰ, ਕਿਉਂਕਿ ਮੁੰਡੇ ਬਾਹਰ ਜਾ ਕੇ ਵਿਗੜ ਜਾਂਦੇ ਨੇ। ਇਹ ਦੋਸ਼ ਸਿਰਫ ਤੇ ਸਿਰਫ ਕੁੜੀਆਂ ਤੇ ਲੱਗਦਾ ਵੀ ਉਹ ਤਾਂ ਇਸ ਧੰਦੇ 'ਚ ਪੈ ਜਾਂਦੀਆਂ, ਤੇ ਉਹ ਜਿਹੜਾ ਮੈਨੂੰ ਇਹ ਕਾਰਨ ਲੱਗਦਾ ਨਾ, ਉਹ ਐਡਾ ਸਿੱਧਾ ਨਹੀਂ ਹੁੰਦਾ ਕਿ ਈਜ਼ੀ ਮਨੀ ਆ। ਮੈਨੂੰ ਕਈ ਵਾਰ ਇਹ ਲੱਗਦਾ ਕਿ ਇੱਕ ਨਾ ਪਾਵਰ ਇੰਬੈਲੈਂਸ ਹੁੰਦੀ ਹੈ, ਜਦੋਂ ਕੁੜੀਆਂ ਕਿਸੇ ਦੇ ਘਰੇ ਰਹਿੰਦੀਆਂ, ਕੋਈ ਤੁਹਾਡੇ ਤੇ ਜਿਹਨੂੰ ਆਪਾਂ ਕਹਿ ਲਈਏ ਪੰਜਾਬੀ ਸਿੱਧੀ ਭਾਸ਼ਾ 'ਚ ਵੀ ਡੋਰੇ ਪਾਉਂਦਾ, ਤਾਂ ਭਾਵੇਂ ਉਹਨਾਂ ਕੋਲੇ ਇੱਕ ਆਪਸ਼ਨ ਹੁੰਦੀ ਹੈ ਵੀ ਉਹ ਮਨਾ ਕਰ ਸਕਦੀਆਂ ਉਸ ਬੰਦੇ ਨੂੰ, ਪਰ ਉਹਨਾਂ ਕੋਲ ਸੈਕਿੰਡ ਆਪਸ਼ਨ ਕੀ ਹੈ, ਉਹ ਹੋਮਲੈਸ ਹੋ ਜਾਣ। ਤਾਂ ਇੱਕ ਮਤਲਬ ਮੈਂ ਸਿਰਫ ਇਸ ਚੀਜ਼ ਨੂੰ ਮੈਂ ਜਾਇਜ਼ ਨਹੀਂ ਠਹਿਰਾ ਰਹੀ, ਮੈਂ ਇਹ ਕਹਿ ਰਹੀ ਹਾਂ ਕਿ ਇਹਦੇ ਕਾਰਨ ਐਡੇ ਸਿੱਧੇ ਨਹੀਂ ਹੁੰਦੇ ਜਿੰਨੇ ਆਪਾਂ ਨੂੰ ਦੇਖਣ ਨੂੰ ਲੱਗਦੇ। ਅਤੇ ਮੈਨੂੰ ਇਹ ਵੀ ਨਹੀਂ ਲੱਗਦਾ ਵੀ ਜੇ ਕੋਈ ਕੁੜੀ ਇੱਕ ਵਾਰੀ ਐਸੇ ਕਿਸੇ ਚੱਕਰ 'ਚ ਫਸ ਗਈ ਅਤੇ ਉਦੋਂ ਬਾਅਦ ਉਸ 'ਚੋਂ ਨਿਕਲ ਆਉਂਦੀ ਹੈ, ਜਿਹਨੂੰ ਆਪਣੀ ਭਾਰਤੀ ਸੋਸਾਇਟੀ ਕਹਿੰਦੀ ਹੈ ਕਿ ਇਹ ਕੋਈ ਬਹੁਤ ਵੱਡਾ ਕੋਈ ਦਾਗ ਨਹੀਂ ਲੱਗ ਗਿਆ, ਅਤੇ ਨਾ ਹੀ ਇਹ ਕੋਈ ਉਹਦੇ ਕਰੈਕਟਰ ਦਾ ਸਰਟੀਫਿਕੇਟ ਬਣ ਗਿਆ। ਜੀ ਅੱਛਾ ਮੈਮ, ਜਿਵੇਂ ਜਾਂਦੇ ਆ ਕੁੜੀਆਂ ਜਾ ਰਹੀਆਂ ਨੇ ਸਾਡੀਆਂ ਉੱਥੇ ਜਾ ਕੇ, ਜਿਵੇਂ ਤੁਸੀਂ ਵਿੰਗ ਗਰਲ, ਮੈਂ ਇਹ ਸਵਾਲ ਪੁੱਛਣਾ ਚਾਹੁੰਦਾ, ਹਾਲਾਂਕਿ ਤੁਹਾਡੀ ਅਪਬ੍ਰਿੰਗਿੰਗ ਤਾਂ ਉਸ ਪਰਿਵਾਰ 'ਚ ਹੋਈ ਜਿੱਥੇ ਮੈਨੂੰ ਲੱਗਦਾ ਕਿ ਕੁੜੀਆਂ ਨੂੰ ਬਹੁਤ ਮੁੰਡਿਆਂ ਨਾਲੋਂ ਵੀ ਵੱਧ ਖੁੱਲ੍ਹ ਮੈਨੂੰ ਤਾਂ ਲੱਗਦਾ, ਮੈਂ ਹੋ ਸਕਦਾ ਗਲਤ ਹੋਵਾਂ, ਵੀ ਵੱਧ ਮਿਲਦੀ ਹੈ ਖੁੱਲ੍ਹ ਇਸ ਤਰ੍ਹਾਂ ਦੇ ਪਰਿਵਾਰਾਂ 'ਚ, ਪ੍ਰੋਗਰੈਸਿਵ ਪਰਿਵਾਰਾਂ 'ਚ। ਪਰ ਜਦੋਂ ਤੁਸੀਂ ਉੱਥੇ ਜਾਂਦੇ ਹੋ,
ਇੱਥੋਂ ਜਿਹੜੀਆਂ ਕੁੜੀਆਂ ਇੱਕ ਪੇਂਡੂ ਬੈਕਗਰਾਊਂਡ ਤੋਂ ਗਈਆਂ ਨੇ ਅਤੇ ਇੱਕ ਦਾਬੇ ਵਾਲੇ ਸਮਾਜ 'ਚੋਂ ਗਈਆਂ ਨੇ, ਉੱਥੇ ਉਹ ਜਦੋਂ ਰਹਿੰਦੀਆਂ ਨੇ ਤਾਂ ਉਹ ਕਿਸ ਤਰ੍ਹਾਂ ਦਾ, ਮੈਂ ਮਨ ਜਾਣਨਾ ਚਾਹੁੰਦਾ ਕਿ ਉਹ ਕੁੜੀ ਦਾ ਮਨ ਕਿਸ ਤਰ੍ਹਾਂ ਦਾ ਫੀਲ ਕਰਦਾ। ਆਪਾਂ ਨਾ ਕਹਿ ਦਿੰਦੇ ਹਾਂ ਕਿ ਕੁਛ ਕੁੜੀਆਂ ਖੁੱਲ੍ਹੇ ਸਮਾਜ 'ਚੋਂ ਜਾਂਦੀਆਂ, ਜਿਵੇਂ ਮੈਂ ਬੜੇ ਉਹਦੇ ਨਾਲ ਪ੍ਰਾਊਡਲੀ ਕਹਿੰਦੀ ਹਾਂ ਕਿ ਮੇਰੀ ਅਪਬ੍ਰਿੰਗਿੰਗ ਇਹੋ ਜਿਹੀ ਨਹੀਂ ਸੀ, ਪਰ ਨਾ ਕੁਛ ਪ੍ਰਤੀਬੰਧ ਤੁਹਾਡੇ ਘਰ ਦੇ ਨਹੀਂ ਲਾਉਂਦੇ ਹੁੰਦੇ, ਕੁਛ ਪ੍ਰਤੀਬੰਧ ਨਾ ਸਮਾਜ ਹੀ ਲਾ ਦਿੰਦਾ ਤੁਹਾਡੇ 'ਤੇ, ਤਾਂ ਤੁਸੀਂ ਨਾ ਚਾਹੁੰਦੇ ਹੋਏ ਵੀ ਤੁਹਾਨੂੰ ਕੁਛ ਚੀਜ਼ਾਂ ਦਾ ਪਾਲਣਾ ਕਰਨਾ ਪੈਂਦਾ। ਤਾਂ ਜੇ ਮੈਂ ਆਪਦੇ ਪਰਸਨਲ ਐਕਸਪੀਰੀਅੰਸ ਤੋਂ ਗੱਲ ਕਰਾਂ, ਮੈਨੂੰ ਇਹੀ ਐਡੀ ਵੱਡੀ ਰਿਬੈਲੀਅਸ ਚੀਜ਼ ਲੱਗਦੀ ਸੀ ਕਿ ਮੈਂ 3 ਵਜੇ ਸੜਕਾਂ 'ਤੇ ਬਿਨਾਂ ਕਿਸੇ ਡਰ ਤੋਂ ਘੁੰਮ ਸਕਦੀ ਸੀ। ਹੁਣ ਇਹ ਨਹੀਂ ਹੈ ਕਿ ਉੱਥੇ ਵੀ ਆ ਕੇ ਕੋਈ ਤੁਹਾਡਾ ਕਤਲ ਕਰ ਸਕਦਾ, ਇੰਡੀਆ 'ਚ ਵੀ ਕਰ ਸਕਦਾ, ਪਰ ਮੈਨੂੰ ਇਹ ਉਹਨਾਂ ਦੇ ਸਿਸਟਮ 'ਤੇ ਭਰੋਸਾ ਸੀ। ਹੋ ਸਕਦਾ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਉਹ ਸਿਸਟਮ ਮੇਰਾ ਭਰੋਸਾ ਤੋੜ ਦਿੰਦਾ, ਪਰ ਮੇਰੇ ਮਨ 'ਚ ਤਾਂ ਭਰੋਸਾ ਸੀ ਨਾ ਕਿ ਮੈਂ 911 ਘੁਮਾਊਂਗੀ, ਉਸੇ ਟਾਈਮ ਕੋਈ ਨਾ ਕੋਈ ਮੇਰੀ ਹੈਲਪ ਲਈ ਆ ਜਾਊਗਾ। ਪਰ ਇੰਡੀਆ 'ਚ ਉਹ ਕਿਉਂਕਿ ਸਿਸਟਮ 'ਤੇ ਭਰੋਸਾ ਨਹੀਂ, ਤਾਂ ਕਰਕੇ ਮਾਂ ਪਿਓ ਨੂੰ ਬੱਚੇ ਬਾਹਰ ਨਿਕਲਦਿਆਂ 'ਤੇ ਭਰੋਸਾ ਨਹੀਂ, ਬੱਚਿਆਂ 'ਤੇ ਭਾਵ ਕਿ ਸਮਾਜ 'ਤੇ। ਬਿਲਕੁਲ ਬਿਲਕੁਲ। ਅਤੇ ਰਹੀ ਗੱਲ ਕਿ ਕੁੜੀਆਂ ਰਿਪਰੈਸਡ ਸੁਸਾਇਟੀ 'ਚੋਂ ਜਾਂ ਫਿਰ ਦਾਬੇ ਵਾਲੇ ਸਮਾਜ ਤੋਂ ਬਾਹਰ ਜਾਂਦੀਆਂ ਨੇ, ਤਾਂ ਹਰ ਕੋਈ ਆਪਾਂ ਪਿੰਡਾਂ ਵਾਲੀਆਂ ਕੁੜੀਆਂ ਨੂੰ ਵੀ ਤਾਂ ਕਹਿ ਦਿੰਦੇ ਹਾਂ ਕਿ ਜਦੋਂ ਸ਼ਹਿਰ ਆਉਂਦੀਆਂ ਉਹਨਾਂ ਨੂੰ ਖੰਭ ਲੱਗ ਗਏ, ਤਾਂ ਉਹ ਕੋਈ ਖੰਭ ਲੱਗੇ ਨਹੀਂ, ਜਦੋਂ ਪਹਿਲੀ ਵਾਰੀ ਸਾਹ ਲੈਂਦੀਆਂ ਨੇ ਨਾ ਉਹ ਖੰਭ ਲੱਗਣਾ ਲੱਗਣ ਲੱਗ ਪੈਂਦਾ। ਤਾਂ ਮੈਨੂੰ ਲੱਗਦਾ ਹਰ ਕਿਸੇ ਨੂੰ ਇਹ ਇੰਨਾ ਹੱਕ ਹੋਣਾ ਚਾਹੀਦਾ ਕਿ ਇੱਕੋ ਹੀ ਤੁਹਾਡੀ ਜ਼ਿੰਦਗੀ ਹੈ, ਉਸ ਜ਼ਿੰਦਗੀ 'ਚ ਸਾਰੀਆਂ ਚੀਜ਼ਾਂ ਐਕਸਪੀਰੀਅੰਸ ਕਰੇ। ਲੋਕਾਂ ਦੀਆਂ ਗਲਤੀਆਂ ਤੋਂ ਆਪਾਂ ਬਹੁਤ ਕਹਿ ਦਿੰਦੇ ਹਾਂ ਵੀ ਬੰਦਾ ਸਿੱਖੇ, ਪਰ ਮੈਨੂੰ ਲੱਗਦਾ ਕੁਛ ਗਲਤੀਆਂ ਆਪ ਵੀ ਕਰਨੀਆਂ ਚਾਹੀਦੀਆਂ, ਸਿੱਖਣਾ ਚਾਹੀਦਾ, ਉਹਦੇ 'ਚੋਂ ਬੰਦਾ ਇੱਕ ਬਹੁਤ ਵਿਸ਼ਾਲ ਦ੍ਰਿਸ਼ਟੀਕੋਣ ਲੈ ਕੇ ਬਾਹਰ ਆਉਂਦਾ। ਅਤੇ ਜੇ ਆਪਾਂ ਇੱਕ ਮਾੜੀ ਮੋਟੀ ਜਿਹਨੂੰ ਕਹਿੰਦੇ ਆ, ਜਿਹਨੂੰ ਆਪਾਂ ਆਪਣਾ ਪੰਜਾਬੀ ਸਮਾਜ ਗਲਤੀ ਕਹਿ ਦਿੰਦਾ, ਉਹਦੇ ਮਗਰ ਹੀ ਉਹੀ ਸੁਧਾਰਨ 'ਤੇ ਲੱਗੇ ਰਹੇ ਨਾ, ਫਿਰ ਤੁਸੀਂ ਇੱਕ ਨੈਰੋ ਪੁਆਇੰਟ ਆਫ ਵਿਊ ਬਣਾ ਦਿੰਦੇ ਹੋ ਅਤੇ ਤੁਸੀਂ ਐਜ਼ ਅ ਮਨੁੱਖ ਵਿਕਾਸ ਨਹੀਂ ਕਰ ਪਾਉਂਦੇ ਜੀ। ਅੱਛਾ ਮੈਮ, ਇੱਕ ਹੋਰ ਸਵਾਲ ਹੈਗਾ, ਪੰਜਾਬੀ ਗਾਣੇ ਮੁੰਡਿਆਂ ਦੇ ਸਾਡਿਆਂ ਦੇ ਬੜੇ ਆਉਂਦੇ ਆ ਜਿਹੜੇ ਬਾਹਰੋਂ, ਮਾਏ ਮੈਨੂੰ ਸੁਪਨੇ 'ਚ ਬੜਾ ਯਾਦ ਆਉਂਦੀ, ਬੇਬੇ ਤੇਰੀ ਆਟੇ ਦੀ ਚਿੜੀ, ਹੈ ਨਾ, ਮਾਂ ਦੀ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਚਿੱਤ ਕਰਦਾ, ਅਤੇ ਇਸ ਤਰ੍ਹਾਂ ਦਾ ਜਿਹੜਾ ਉਪਭਾਵਕਤਾ ਵਾਲੇ ਗੀਤ ਆਉਂਦੇ ਹੈ, ਅਤੇ ਤੁਸੀਂ ਕੁੜੀਆਂ ਦੀ ਤਾਂ ਗੱਲ ਕੀਤੀ, ਪਰ ਵੈਸਟਰਨ ਸੁਸਾਇਟੀ 'ਚ ਕਿਉਂਕਿ ਵੱਡੀ ਗਿਣਤੀ 'ਚ ਸਾਡੇ ਮੁੰਡੇ ਉੱਥੇ ਜਾਂਦੇ ਹੈ, ਪਰ ਉਹ ਕਹਿੰਦੇ ਵੀ ਇੱਥੇ ਬੜਾ ਬੁਰਾ ਹਾਲ ਹੈ, ਡਿਪਰੈਸ਼ਨ 'ਚ ਵੀ ਬਹੁਤ ਸਾਰੇ ਮੁੰਡੇ ਚਲੇ ਗਏ, ਜਿਵੇਂ ਤੁਸੀਂ ਕਹਿੰਦੇ ਹੋ ਡਰੱਗਸ, ਇਹ ਇਸ ਤਰ੍ਹਾਂ ਦਾ ਫੀਮੇਲ ਵਾਲੇ ਪਾਸੇ ਤੋਂ ਬਹੁਤ ਘੱਟ ਦੇਖਣ ਨੂੰ ਮਿਲਦਾ, ਪਰ ਸਾਡੇ ਮੇਲ ਬਹੁਤ ਇਸ 'ਚੋਂ ਗੁਜ਼ਰ ਦੁੱਖ 'ਚੋਂ ਗੁਜ਼ਰਦੇ ਹੈ, ਪੀੜਾ 'ਚੋਂ ਗੁਜ਼ਰਦੇ ਹੈ, ਉਹਦਾ ਤੁਸੀਂ ਕੀ ਕਾਰਨ ਸਮਝਦੇ ਹੋ? ਦੇਖੋ, ਜਿਹਨੂੰ ਆਪਾਂ ਕਹਿੰਦੇ ਹਾਂ ਨਾ ਕਿ ਪੈਤਰਕੀ ਸਿਰਫ ਅਤੇ ਸਿਰਫ ਕੁੜੀਆਂ ਨੂੰ ਹਾਮ ਨਹੀਂ ਕਰਦੀ, ਸਾਡੇ ਮੁੰਡਿਆਂ ਨੂੰ ਵੀ ਹਾਮ ਕਰਦੀ ਹੈ। ਕੁੜੀਆਂ ਇੱਕ ਦੂਜੇ ਨਾਲ ਗੱਲ ਕਰ ਸਕਦੀਆਂ, ਆਪਦੀ ਪ੍ਰੋਬਲਮ ਇੱਕ ਦੂਜੇ ਨਾਲ ਡਿਸਕਸ ਕਰ ਲੈਂਦੀਆਂ, ਜ਼ਰੂਰੀ ਨਹੀਂ ਕਿ ਉਹ ਆਪਦੇ ਘਰਦਿਆਂ ਨਾਲ ਹੀ ਡਿਸਕਸ ਕਰ ਪਾਉਣ, ਉਹ ਕਿਸੇ ਨਾਲ ਵੀ ਡਿਸਕਸ ਕਰ ਲੈਂਦੀਆਂ, ਅਤੇ ਜਿਹਨੂੰ ਆਪਾਂ ਕਹਿੰਦੇ ਗੁੱਬ ਗੁਬਾਟ ਕੱਢ ਲੈਂਦੀਆਂ, ਕਥਾਰਸਿਸ ਹੋ ਜਾਂਦਾ। ਪਰ ਮੁੰਡਿਆਂ ਨੂੰ ਇੱਕ ਤਾਂ ਪੈਤਰ ਕੀ ਕਰਕੇ ਇਹ ਹੈ ਕਿ ਮੁੰਡੇ ਨਹੀਂ ਰੋਂਦੇ ਹੁੰਦੇ, ਬੰਦਾ ਬਣ, ਆਹ ਜਿਹੜਾ ਬੰਦਾ ਬਣਾਉਂਦੇ ਬਣਾਉਂਦੇ ਆਪਾਂ ਉਹਨਾਂ ਨੂੰ ਇੱਕ ਐਸਾ ਮਾਨਸਿਕ ਗੁੰਝਲ 'ਚ ਪਾ ਦਿੰਦੇ ਹਾਂ ਜਿਸ 'ਚੋਂ ਆਪਦੀ ਗੱਲ ਬਾਹਰ ਨਾ ਕੱਢ ਕੇ ਅੰਦਰ ਗੁੰਝਲ ਬਣਾ ਲੈਂਦੇ ਆ, ਤਾਂ ਉਹ ਜ਼ਿਆਦਾ ਸਫ਼ਰ ਕਰਦੇ ਆ। ਦੂਜਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਕਿ ਕੁੜੀਆਂ ਦੀ ਅਪਬ੍ਰਿੰਗਿੰਗ ਅਤੇ ਮੁੰਡਿਆਂ ਦੀ ਅਪਬ੍ਰਿੰਗਿੰਗ 'ਚ ਫ਼ਰਕ ਹੈ, ਜੇ ਕੁੜੀ ਨੇ ਖੇਡਣਾ ਤਾਂ ਮਾਂ ਉਹਨੂੰ ਨਾ ਆਟੇ ਦਾ ਪੇੜਾ ਫੜਾ ਦਿੰਦੀ ਹੈ ਵੀ ਚੱਲ ਤੂੰ ਪੇੜਾ ਕਰਦੀ ਖੇਡੀ ਜਾ, ਜੇ ਮੁੰਡੇ ਨੇ ਖੇਡਣਾ ਉਹਨੂੰ ਕਹਿੰਦੇ ਵੀ ਚੰਗਾ ਚੱਲ ਤੂੰ ਤੇਰਾ ਡੈਡੀ ਕਾਰ ਦਾ ਟਾਇਰ ਬਦਲਦਾ ਤੋ ਉੱਥੇ ਕਰ ਲੈ। ਮੈਂ ਇਹ ਕੋਈ ਜਨਰਲਾਈਜ਼ ਨਹੀਂ ਕਰ ਰਹੀ ਕਿਉਂਕਿ
ਆਮ ਸਮਾਜਾਂ 'ਚ ਦੋਨੋਂ ਸਾਰਾ ਕੁਛ ਕਰਦੇ ਆ ਬਿਲਕੁਲ, ਪਰ ਭਾਰਤੀ ਸਮਾਜਾਂ ਦੀ ਜੇ ਮੈਂ ਗੱਲ ਕਰਾਂ, ਪੇਂਡੂ ਸਮਾਜਾਂ ਦੀ ਗੱਲ ਕਰਾਂ, ਤਾਂ ਉੱਥੇ ਇਹ ਹੈ ਵੀ ਚੰਗਾ ਖੇਤ ਜਾਣਾ ਕੁੜੀਏ ਤੂੰ ਕੀ ਕਰਨਾ, ਮੰਡੀ ਜਾਣਾ ਮੁੰਡਾ ਜਾਊਗਾ, ਉਹਨੇ ਘਰ ਦਾ ਕੰਮ ਕਦੇ ਕਰਿਆ ਹੀ ਨਹੀਂ ਹੁੰਦਾ ਜਦੋਂ ਤੱਕ ਉਹ ਐਡਲਟ ਲਾਈਫ 'ਚ ਚਲਾ ਜਾਂਦਾ, ਅਤੇ ਜਦੋਂ ਇਹ ਕੰਮ ਜਿਹੜਾ ਕੰਮ ਤੁਸੀਂ ਨਹੀਂ ਕਰੋਗੇ ਉਹਦੀ ਤੁਹਾਡੇ ਕੋਲ ਸਕਿੱਲ ਨਹੀਂ ਹੋਊਗੀ, ਅਤੇ ਜਦੋਂ ਬਾਹਰ ਜਾ ਕੇ ਕੁੜੀਆਂ ਵੀ ਥੱਕੀਆਂ ਆਉਂਦੀਆਂ, ਉਹ ਤਾਂ ਘਰੇ ਰੋਟੀ ਬਣਾ ਲੈਂਦੀਆਂ ਕਿਉਂਕਿ ਉਹਨਾਂ ਕੋਲ ਉਹ ਕੰਮ ਦੀ ਸਕਿੱਲ ਹੈ, ਅਤੇ ਮੁੰਡਿਆਂ ਕੋਲੇ ਕਿਉਂਕਿ ਉਹ ਸਕਿੱਲ ਨਹੀਂ, ਕਿਉਂਕਿ ਉਹਨਾਂ ਨੂੰ ਉਹ ਨੀਡਸ ਉਹਨਾਂ ਦੀਆਂ ਮਾਵਾਂ ਮੀਟ ਕਰ ਰਹੀਆਂ, ਉਹਨਾਂ ਦੀਆਂ ਭੈਣਾਂ ਮੀਟ ਕਰ ਰਹੀਆਂ, ਜਾਂ ਫਿਰ ਜੇ ਉਹ ਵਿਆਹੇ ਹੋਏ ਨੇ ਉਹਨਾਂ ਦੀਆਂ ਵਾਈਫਸ ਮੀਟ ਕਰ ਰਹੀਆਂ, ਤਾਂ ਉਹ ਵਾਲੀ ਜਿਹੜੀ ਇੱਕ ਪੂਰੀ ਚੀਜ਼ ਤੁਹਾਡੀ ਕਿਸੇ ਹੋਰ ਬੰਦੇ ਵੱਲੋਂ ਮੀਟ ਹੋ ਰਹੀ ਹੈ, ਭਾਵੇਂ ਇਮੋਸ਼ਨਲ ਨੀਡ ਹੋ, ਤਾਂ ਉਹ ਜਿਹੜੀ ਡਿਪੈਂਡੈਂਸੀ ਹੈ, ਤਾਂ ਕਰਕੇ ਮੁੰਡੇ ਉਹ ਚੀਜ਼ ਨਹੀਂ ਸਿੱਖ ਪਾਉਂਦੇ, ਤੇ ਕੁੜੀਆਂ ਨੂੰ ਪਹਿਲੇ ਦਿਨ ਇੱਕ ਇਹ ਕਿਹਾ ਜਾਂਦਾ ਵੀ ਤੂੰ ਤਾਂ ਪਰਾਏ ਘਰ ਜਾਣਾ, ਤਾਂ ਉਹਦਾ ਤਾਂ ਪਹਿਲੇ ਦਿਨ ਹੀ ਹੈ, ਭਾਵੇਂ ਉਹ ਪਰਾਇਆ ਘਰ ਕੈਨੇਡਾ ਹੋਵੇ ਤੇ ਭਾਵੇਂ ਉਹ ਪਰਾਇਆ ਘਰ ਇੰਡੀਆ ਹੋਵੇ, ਉਹਨੂੰ ਕੀ ਫਰਕ ਹੈ। ਅੱਛਾ, ਮੈਨੂੰ ਇੱਕ ਸਵਾਲ ਜਿਹੜਾ ਮੈਨੂੰ ਅਹਿਮ ਲੱਗਦਾ, ਕਿਉਂਕਿ ਵੈਸਟ ਵਰਲਡ ਨੂੰ ਪੂੰਜੀ ਦਾ ਵਰਲਡ ਕਿਹਾ ਜਾਂਦਾ, ਦੁਨੀਆ ਪੂੰਜੀ ਦੀ ਦੁਨੀਆ ਕਿਹਾ ਜਾਂਦਾ ਅਤੇ ਮੰਨਿਆ ਜਾਂਦਾ, ਕੀ ਪੂੰਜੀਵਾਦ ਨੇ ਔਰਤਾਂ ਨੂੰ ਮੁਕਤ ਕਰਾਉਣ 'ਚ ਕੋਈ ਭੂਮਿਕਾ, ਪੋਜ਼ਿਟਿਵ ਭੂਮਿਕਾ ਨਿਭਾਈ? ਨਹੀਂ, ਮੈਨੂੰ ਤਾਂ ਲੱਗਦਾ ਪੂੰਜੀਵਾਦ ਵਾਸਤੇ ਇਹ ਹੈ ਕਿ 50% ਕਸਟਮਰ ਨੇ ਮੇਰੇ, ਉਹ ਤਾਂ ਅੱਜ ਕੱਲ੍ਹ ਫੈਮਿਨਿਜ਼ਮ ਨੂੰ ਵੇਚੀ ਜਾਂਦੇ ਆ, ਜੇ ਤੁਸੀਂ ਬਾਰਬੀ ਮੂਵੀ ਦੇਖੀ ਹੋਵੇ ਉਹਦੇ 'ਚ ਚੰਗੀ ਤਰ੍ਹਾਂ ਫੈਮਿਨਿਜ਼ਮ ਨੂੰ ਵੇਚਿਆ ਗਿਆ, ਬਣਾਇਆ ਗਿਆ ਕਿ ਐਂਟੀ ਮਿਸੋਜਨੀ ਫਿਲਮ ਹੈ, ਇਹ ਫੈਮਿਨਿਸਟ ਫਿਲਮ ਹੈ, ਉਹ ਪਿਓਰਲੀ ਇੱਕ ਪੂੰਜੀਵਾਦੀ ਫਿਲਮ ਹੈ ਜਿਸ ਦੇ ਵਿੱਚ ਫੈਮਿਨਿਜ਼ਮ ਬਾਰੇ ਉਹੋ ਜਿਹੀਆਂ ਗੱਲਾਂ ਜਿਹੋ ਜਿਹੀਆਂ ਨਾ 7ਵੀਂ 8ਵੀਂ ਕਲਾਸ ਦੀਆਂ ਕੁੜੀਆਂ ਵੀ ਕਰ ਲੈਂਦੀਆਂ, ਵੀ ਸਾਨੂੰ ਘਰ ਦਾ ਕੰਮ ਵੀ ਕਰਨਾ ਪੈਂਦਾ, ਸਾਨੂੰ ਬਾਹਰ ਦਾ ਕੰਮ ਵੀ ਕਰਨਾ ਪੈਂਦਾ, ਮਤਲਬ ਜਿਹਨੂੰ ਆਪਾਂ ਬਹੁਤ ਹੀ ਸਿੱਧੀ ਭਾਸ਼ਾ 'ਚ ਕੋਈ ਕੌਨਜ਼ਰਵੇਟਿਵ ਬੰਦਾ ਵੀ ਸਮਝ ਲਏ, ਆਪਾਂ ਰੈਡੀਕਲ ਫੈਮਿਨਿਜ਼ਮ ਦੀ ਗੱਲ ਕਰਦੇ ਹਾਂ, ਕੌਨਜ਼ਰਵੇਟਿਵ ਬੰਦਾ ਵੀ ਜਿਹੜੀਆਂ ਗੱਲਾਂ ਸਮਝ ਲਏ, ਉਹਦਾ ਰੀਜ਼ਨ ਕੀ ਹੈ ਉਹਨੂੰ ਫੈਮਿਨਿਜ਼ਮ ਬਣਾ ਕੇ ਜਾਂ ਉਸ ਚੀਜ਼ ਨੂੰ ਅੱਗੇ ਲਿਆ ਕੇ ਕਿਉਂ, ਕਿਉਂਕਿ 50% ਲੋਕ ਔਰਤਾਂ ਨੇ, ਤਾਂ ਉਹ 50% ਲੋਕ ਜੇ ਔਰਤਾਂ ਨੇ ਤਾਂ ਉਹਨਾਂ ਨੂੰ ਜੇ ਤੁਸੀਂ ਆਪਦੇ ਪ੍ਰੋਡਕਟ ਵੇਚਣੇ ਆ ਤੁਹਾਨੂੰ ਉਹਨਾਂ ਵਾਸਤੇ ਪੈਲੇਟੇਬਲ ਬਣਾਉਣਾ ਪਊਗਾ, ਜੇ ਤੁਸੀਂ ਇਹ ਕਹੋਗੇ ਕਿ ਔਰਤਾਂ ਨੂੰ ਤਾਂ ਮਾਰ ਦਿਓ ਕਿ ਉਹ ਖਰੀਦਣਗੀਆਂ 50% ਨਹੀਂ ਖਰੀਦਣਗੀਆਂ, ਤਾਂ ਪ੍ਰੋਡਕਟ ਨੂੰ ਤੁਹਾਡੇ ਵਾਸਤੇ ਪੈਲੇਟੇਬਲ ਬਣਾਉਣ ਵਾਸਤੇ ਉਹਨਾਂ ਨੂੰ ਉਹ ਚੀਜ਼ਾਂ ਚੇਂਜ ਕਰਨੀਆਂ ਪੈਂਦੀਆਂ, ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਵੈਸਟਰਨ ਫੈਮਿਨਿਜ਼ਮ ਹੈ ਉਹ ਕੁਛ ਪਰਸੈਂਟ ਲੋਕ ਇੰਟਰਸੈਕਸ਼ਨਲ ਨੇ, ਪਰ ਜ਼ਿਆਦਾਤਰ ਉਹ ਸਿਰਫ ਤੇ ਸਿਰਫ ਆਪਦਾ ਪ੍ਰੋਡਕਟ ਵੇਚਣ ਦਾ ਸਾਧਨ ਹੀ ਬਣ ਕੇ ਰਹਿ ਜਾਂਦਾ, ਨਾ ਕਿ ਕਿਸੇ ਥੋਟ ਨਾਲ ਜੁੜਿਆ ਜਾਂ ਫਿਰ ਕਿਸੇ ਆਈਡੀਓਲੋਜੀ ਨਾਲ ਜੁੜਿਆ। ਈਵਨ ਮੈਂ ਜਿਹੜੀ ਗੱਲ ਕਰਨਾ ਵੀ ਚਾਹੁੰਦਾ ਤੁਹਾਡੇ ਨਾਲ, ਉਹ ਇਹ ਕਿ ਜਿਹੜਾ ਜਿਵੇਂ ਜਿਵੇਂ ਅਸੀਂ ਫਿਊਡਲਿਜ਼ਮ ਫਿਊਡਲ ਈਰਾ ਤੋਂ ਬਾਹਰ ਆਉਂਦੇ ਹਾਂ, ਪੂੰਜੀਵਾਦ ਵੱਲ ਨੂੰ ਵੱਧਦੇ ਹਾਂ, ਨਾਲ ਨਾਲ ਕੁੜੀਆਂ ਦਾ ਜਿਹੜਾ ਕੰਮ ਕਾਜੀ ਹੋਣਾ, ਮੈਨੂੰ ਲੱਗਦਾ ਹੈ ਕਿ ਉਹ ਵੱਧ ਕਿਤੇ ਨਾ ਕਿਤੇ ਉਹਨਾਂ ਨੂੰ ਹਿੱਸੇਦਾਰੀ ਮਿਲਦੀ ਹੈ, ਉਹ ਫੈਕਟਰੀਆਂ 'ਚ ਜਾਂਦੀਆਂ ਨੇ, ਉਹ ਹੋਰ ਵੀ ਬਹੁਤ ਸਾਰਾ ਕੰਮ ਕਰਦੀਆਂ ਨੇ, ਉਹ ਲੇਬਰ ਵੀ ਕਰਦੀਆਂ ਨੇ, ਮਸ਼ੀਨੀਕਰਨ ਨੇ ਔਰਤਾਂ ਦੀ ਜ਼ਿੰਦਗੀ ਨੂੰ ਕਿੰਨਾ ਕੁ ਸੌਖਾ ਕੀਤਾ? ਮੈਨੂੰ ਤਾਂ ਲੱਗਦਾ ਜੀ ਬਹੁਤ ਕੀਤਾ। ਹੁਣ ਜਿਵੇਂ ਆਪਾਂ ਵੈਸਟਰਨ ਫੈਮਿਨਿਜ਼ਮ ਦੀ ਗੱਲ ਕੀਤੀ ਹੈ, ਤਾਂ ਵੈਸਟਰਨ ਫੈਮਿਨਿਜ਼ਮ ਦਾ ਦੂਜੀ ਸੰਸਾਰ ਜੰਗ ਵੇਲੇ ਜਿਹੜਾ ਆਪਾਂ ਮਤਲਬ ਸੰਸਾਰ ਜੰਗਾਂ ਵੇਲੇ ਜੇ ਆਪਾਂ ਗੱਲ ਕਰ ਲਈਏ ਕਿ ਉਹਨਾਂ ਦਾ ਆਈਡਲ ਕੌਣ ਸੀ, ਤਾਂ ਉਹਨਾਂ ਦੀ ਇੱਕ ਆਈਡਲ ਸੀਗੀ ਰੋਜ਼ੀ ਦ ਰਿਵੇਟਰ, ਉਹ ਨੀਲੇ ਵੇਅਰ ਹਾਊਸ ਵਾਲੇ, ਉਹਨੇ ਕੱਪੜੇ ਪਾਏ ਹੁੰਦੇ ਆ ਤੇ ਉਹਨੇ ਵਾਲ ਬੰਨੇ ਹੁੰਦੇ ਆ,
ਉਹਦਾ ਰੀਜ਼ਨ ਕੀ ਸੀ ਕਿ ਬੰਦੇ ਸਾਰੇ ਚਲੇ ਗਏ ਜੰਗ ਤੇ ਤਾਂ ਪਿੱਛੋਂ ਮਸ਼ੀਨਾਂ ਕੌਣ ਚਲਾਵੇ? ਜਿਹੜੀ ਅੱਧੀ ਤੁਹਾਡੀ ਉਹ ਰਹਿ ਗਈ, ਅੱਧੇ ਲੋਕ ਰਹਿ ਗਏ, ਉਹਨਾਂ ਨੂੰ ਹੀ ਕੰਮ ਕਰਨਾ ਪਊਗਾ। ਤਾਂ ਇੱਕ ਤਰ੍ਹਾਂ ਨਾਲ ਉਦੋਂ ਇਹਨਾਂ ਇੰਡਸਟਰੀਲਾਈਜੇਸ਼ਨ ਨਾਲ ਹੀ ਉਦੋਂ ਤੁਹਾਡੀ ਗਰੋਥ ਹੁੰਦੀ ਸੀਗੀ, ਜਿਵੇਂ ਅੱਜ ਕੱਲ੍ਹ ਆਈਟੀ ਸੈਕਟਰ ਹੈ, ਅੱਡ ਅੱਡ ਸੈਕਟਰ ਹੈ, ਉਹ ਟਾਈਮ ਇੰਡਸਟਰੀਲਾਈਜੇਸ਼ਨ ਦਾ ਸੀ। ਤਾਂ ਮਸ਼ੀਨਾਂ ਚਲਾਉਣ ਵਾਲੀਆਂ ਤੁਹਾਨੂੰ ਔਰਤਾਂ ਚਾਹੀਦੀਆਂ ਸੀ, ਤਾਂ ਹੀ ਉਦੋਂ ਜ਼ਿਆਦਾ ਸਰੀਰਕ ਬਲ ਤੇ ਵੀ ਜ਼ੋਰ ਦਿੱਤਾ ਜਾਂਦਾ ਸੀਗਾ ਕਿ ਔਰਤ ਕਮਜ਼ੋਰ ਨਹੀਂ ਹੈ। ਆਹ ਜਿਹੜੇ ਵਾਰੀ ਵਾਰੀ ਵਰਡ ਆਉਂਦੇ ਸੀਗੇ ਨਾ, ਇਹ ਉੱਥੋਂ ਨਿਕਲ ਕੇ ਆਏ ਨੇ, ਕਿਉਂਕਿ ਉਹਨਾਂ ਤੋਂ ਕੰਮ ਕਰਾਉਣਾ ਸੀਗਾ, ਬੰਦਿਆਂ ਵਾਲੇ ਕੰਮ ਕਰਾਉਣੇ ਸੀ, ਤਾਂ ਆਹ ਵਾਲੀ ਚੀਜ਼ ਚੱਲਣ ਲੱਗ ਪਈ। ਹੁਣ ਜਦੋਂ ਆਪਾਂ ਇਹੋ ਜਿਹੀ ਸੁਸਾਇਟੀ 'ਤੇ ਪਹੁੰਚ ਚੁੱਕੇ ਹਾਂ ਕਿ ਤੁਹਾਨੂੰ ਮਸ਼ੀਨ ਭਰਨੀ ਵੀ ਨਹੀਂ ਪੈਂਦੀ, ਤੁਸੀਂ ਸਿਰਫ ਇੱਕ ਬਟਨ ਦੱਬਣਾ, ਤਾਂ ਉਹ ਵਾਲੀ ਚੀਜ਼ਾਂ ਤਾਂ ਖਤਮ ਹੋ ਗਈਆਂ। ਪਰ ਕੀ ਹੁਣ ਮੇਰਾ ਤੁਹਾਨੂੰ ਇੱਕ ਸਵਾਲ ਹੈ ਕਿ 8 ਮਾਰਚ ਆਪਾਂ ਸਾਰੇ ਵਿਮੈਨ ਡੇ ਮਨਾਉਂਦੇ ਆ, ਉਹਦਾ ਓਰਿਜਿਨਲ ਨਾਮ ਇੰਟਰਨੈਸ਼ਨਲ ਵਰਕਿੰਗ ਵਿਮੈਨ ਡੇ ਹੈ, ਪਰ ਹੁਣ ਜਿਵੇਂ ਆਪਾਂ ਕੈਪੀਟਲਿਜ਼ਮ ਪੂੰਜੀਵਾਦ ਦੀ ਗੱਲ ਕੀਤੀ ਹੈ, ਉਦੋਂ ਤੁਹਾਨੂੰ ਬਾਹਰ ਕੌਫੀਆਂ ਪੀਣ ਲਈ ਜਾਂ ਫਿਰ ਫੇਸ਼ਲ ਕਰਾਉਣ ਲਈ ਕੂਪਨ ਮਿਲਦੇ ਆ ਜੋ ਸਿਰਫ 8 ਮਾਰਚ ਨੂੰ ਚੱਲਦੇ ਆ। ਕੀ ਇਹ ਪੂੰਜੀਵਾਦ ਨਹੀਂ? ਇਹਦੇ 'ਚ ਤਾਂ ਆਪਾਂ ਗੱਲ ਵੀ ਨਹੀਂ ਕਰਦੇ ਇੱਕ ਦਿਨ ਬੈਠ ਕੇ ਕਿ ਔਰਤਾਂ ਨੂੰ ਯੂਨੀਅਨਾਈਜ਼ ਹੋਣਾ ਚਾਹੀਦਾ, ਉਹਨਾਂ ਨੂੰ ਜੇ ਘੱਟ ਪੇ ਮਿਲਦੀ ਹੈ ਕਿਉਂ ਮਿਲਦੀ ਹੈ? ਹੁਣ ਤਾਂ ਇਹ ਵੀ ਕੰਮ ਨਹੀਂ ਕਿ ਬੰਦਿਆਂ ਨੂੰ ਸਰੀਰ ਜ਼ਿਆਦਾ ਤੋੜਨਾ ਪੈਂਦਾ, ਬਟਨ ਹੀ ਬੰਦਿਆਂ ਨੇ ਦੱਬਣਾ, ਬਟਨ ਹੀ ਔਰਤਾਂ ਨੇ ਦੱਬਣਾ। ਉਹ ਸਮੱਸਿਆਵਾਂ ਨੂੰ ਆਪਾਂ ਕਿਵੇਂ ਮੁਖਾਤਬ ਹੁੰਦੇ ਹਾਂ ਉਸ ਦਿਨ ਵਾਸਤੇ ਜੇ ਆਪਾਂ ਸਾਲ 'ਚ ਇੱਕ ਦਿਨ ਰੱਖਿਆ, ਤਾਂ ਉਹਨੂੰ ਮੈਨੂੰ ਲੱਗਦਾ ਪਿਓਰਲੀ ਵਰਕਿੰਗ ਵਿਮੈਨ ਡੇ ਰੱਖਣਾ ਚਾਹੀਦਾ। ਇਹ ਕਹਿਣ ਦੇ ਨਾਲ ਨਾਲ ਮੈਨੂੰ ਇਹ, ਮੈਂ ਇਹ ਬਿਲਕੁਲ ਨਹੀਂ ਕਹਿ ਰਹੀ ਕਿ ਜਿਹੜੀਆਂ ਔਰਤਾਂ ਘਰੇ ਨੇ ਉਹ ਕੋਈ ਕੰਮ ਨਹੀਂ ਕਰਦੇ, ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਉਹਨਾਂ ਦਾ ਜੇ ਕੋਈ ਕੰਮ ਦਾ ਨਾ ਇੱਕ ਆਪਣੇ ਕੋਲ ਵੈਸਟਰਨ ਮਾਪਦੰਡ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਜੇ ਉਸ ਤੋਂ ਕੈਪੀਟਲ ਪ੍ਰੋਡਿਊਸ ਨਹੀਂ ਹੋ ਰਿਹਾ ਤਾਂ ਉਹਨੂੰ ਕੰਮ ਨਹੀਂ ਮੰਨਿਆ ਜਾਂਦਾ। ਪਰ ਜੇ ਤੁਸੀਂ ਇੱਕ ਬੇਬੀ ਸਿਟਰ ਰੱਖਣਾ 8 ਘੰਟੇ ਵਾਸਤੇ, ਜੇ ਤੁਸੀਂ ਇੱਕ ਕੁੱਕ ਰੱਖਣਾ, ਜੇ ਤੁਸੀਂ ਇੱਕ ਲਾਂਡਰੀ ਕਰਨ ਵਾਲਾ ਰੱਖਣਾ, ਕਲੀਨਿੰਗ ਲੇਡੀ ਰੱਖਣੀ ਆ, ਉਹਦੇ ਪੈਸੇ ਜੋੜੋ, ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਬੰਦਾ ਕਿਸੇ ਵੀ ਔਰਤ ਨੂੰ ਅਫੋਰਡ ਕਰ ਸਕਦਾ। ਬਿਲਕੁਲ ਬਿਲਕੁਲ ਬਿਲਕੁਲ, ਇਹਦੇ ਤਾਂ ਆਪਾਂ ਸਿਰਫ ਕੰਮ ਨੂੰ ਕੀ ਪੂੰਜੀ ਪ੍ਰੋਡਿਊਸ ਹੋ ਰਹੀ ਹੈ ਉਸ ਚੀਜ਼ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਅੱਛਾ, ਕੀ ਤੁਹਾਡਾ ਜਿਹੜਾ ਨਾਰੀਵਾਦ ਹੈ ਉਹ ਮਰਦ ਨੂੰ ਮਨਫੀ ਕਰਦਾ? ਦੇਖੋ, ਸੰਸਾਰ 'ਚੋਂ ਜੇ ਮਰਦ ਮਨਫੀ ਨਹੀਂ ਹੈ, ਫਿਰ ਉਹ ਫੈਮਿਨਿਜ਼ਮ 'ਚੋਂ ਜਾਂ ਫਿਰ ਕਿਸੇ ਦੀ ਵੀ ਸੋਚ 'ਚੋਂ ਮਨਫੀ ਕਿਵੇਂ ਹੋ ਜਾਊਗਾ? ਇਹ ਸਵਾਲ ਨਾ ਮੈਨੂੰ ਇਹ ਲੱਗਦਾ ਵੀ ਜਿਹੜੇ ਲੋਕ ਆਪਦੀ ਜਾਣ ਪਛਾਣ ਦੀਆਂ ਔਰਤਾਂ ਨੂੰ ਵੈਰੀ ਸਪੈਸੀਫਿਕਲੀ ਕਦੇ ਐਜ਼ ਅ ਇਨਸਾਨ ਨਹੀਂ ਸਮਝਦੇ, ਜਿਨ੍ਹਾਂ ਨੂੰ ਇਹ ਹੁੰਦਾ ਵੀ ਇਹ ਤਾਂ ਮੇਰੀ ਭੈਣ ਹੈ, ਇਹ ਤਾਂ ਮੇਰੀ ਮਾਂ ਹੈ, ਜਿਹੜੀ ਅੱਜ ਇਹ ਮੇਰੀ ਵਾਈਫ ਹੈ, ਬਾਕੀ ਹਰ ਪਰ ਨਾਰੀ ਭੈਣ ਹੈ, ਉਹ ਵਾਲੀ ਜਿਹੜੀ ਸੋਚ ਹੈ ਨਾ, ਉਹਦੇ 'ਚ ਤੁਸੀਂ ਔਰਤ ਨੂੰ ਔਰਤ ਨਹੀਂ ਦੇਖਦੇ, ਉਹਦੇ 'ਚ ਤੁਸੀਂ ਸਿਰਫ ਤੇ ਸਿਰਫ ਆਪਦੇ ਰਿਲੇਸ਼ਨ 'ਚ ਦੇਖਦੇ ਹੋ। ਪਰ ਜੇ ਤੁਸੀਂ ਹਰ ਕਿਸੇ ਨੂੰ ਇੱਕ ਡਿਫਰੈਂਟ ਇਨਸਾਨ ਸੋਚੋ, ਤਾਂ ਫਿਰ ਤਾਂ ਜੈਂਡਰ ਦਾ ਰੌਲਾ ਹੀ ਨਹੀਂ ਰਹਿ ਜਾਂਦਾ, ਫਿਰ ਭਾਵੇਂ ਉਹ ਬੰਦਾ, ਫਿਰ ਭਾਵੇਂ ਉਹ ਜਨਾਨੀ ਹੈ, ਫਿਰ ਇਹ ਤਾਂ ਮਰਦ ਮਨਫੀ ਹੋ ਹੀ ਨਹੀਂ ਸਕਦਾ ਜੇ ਸਮਾਜ ਦਾ 50% ਹਿੱਸਾ, ਫਿਰ ਉਹ ਕਿਸੇ ਵੀ ਚੀਜ਼ 'ਚੋਂ ਮਨਫੀ ਕਿਵੇਂ ਹੋ ਸਕਦਾ? ਅਤੇ ਗੱਲ ਇਹੀ ਹੈ, ਸਾਨੂੰ ਵੀ ਉਵੇਂ ਮਨਫੀ ਨਾ ਕੀਤਾ ਜਾਵੇ ਆਪਦੇ ਰਿਲੇਸ਼ਨਾਂ 'ਚ ਪਾ ਕੇ, ਸਾਨੂੰ ਵੀ ਐਜ਼ ਅ ਇਨਸਾਨ ਹੀ ਸੁਸਾਇਟੀ 'ਚ ਰਹਿਣ ਦਿੱਤਾ ਜਾਵੇ। ਨਹੀਂ, ਪਰ ਬਹੁਤ ਸਾਰੇ ਦੋਸ਼ ਜਿਹੜੇ ਫੈਮਿਨਿਸਟ ਐਕਟੀਵਿਸਟ ਨੇ ਉਹ ਧਰਦੇ ਆ ਕਿ ਸਾਡੀ ਤਾਂ ਜੀ ਜਿਹੜੀ ਗੁਰਬਤ ਦਾ ਕਾਰਨ, ਸਾਡੀ ਪੀੜਾ ਦਾ ਕਾਰਨ, ਸਾਡੇ ਦੁੱਖਾਂ ਦਾ ਕਾਰਨ, ਸਾਨੂੰ ਜਿਹੜਾ ਇਸ ਕਿਸਮ ਦਾ ਕਮਜ਼ੋਰ ਬਣਾਇਆ ਗਿਆ, ਉਹਦੇ ਲਈ ਤਾਂ ਮਰਦ ਹੀ ਜਿਹੜਾ ਹੈਗਾ ਰਿਸਪੋਂਸੀਬਲ ਹੈ। ਕੀ ਮਰਦ ਫੈਮਿਨਿਸਟ ਹੋ ਸਕਦਾ? ਮੈਂ ਜਾਣਨਾ ਹਾਂਜੀ, ਮੈਂ ਨਾ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ।
ਆਪਾਂ ਨਾ ਇਹ ਕਹਿ ਦਿੰਨੇ ਆ ਵੀ ਆਪਣੇ ਸਾਹਮਣੇ ਨਾ ਕੋਈ ਇੱਕ ਬੰਦਾ ਦੂਜੇ ਨੂੰ ਕੁੱਟ ਦੇ ਜੀ, ਤੇ ਇੱਕ ਆਪਾਂ ਨੂੰ ਇਹ ਲੱਗਦਾ ਵੀ ਇਹ ਬੜਾ ਸਟਰੋਂਗ ਬੰਦਾ ਤੇ ਬਾਕੀ ਵੀ ਉਹ ਤੋਂ ਡਰ ਕੇ ਰਹਿੰਦੇ ਆ ਜੀ ਜੀ। ਹੁਣ ਜਿੰਨੀ ਵਾਇਲੈਂਸ ਥਰੂ ਆਊਟ ਹਿਸਟਰੀ ਔਰਤਾਂ ਤੇ ਬੰਦਿਆਂ ਨੇ ਕੀਤੀ ਹੈ, ਜ਼ਰੂਰੀ ਨਹੀਂ ਕਿ ਹਰੇਕ ਬੰਦਾ ਜਾ ਕੇ ਔਰਤ ਨੂੰ ਫਿਜ਼ੀਕਲੀ ਕੁੱਟੇ, ਪਰ ਹਰੇਕ ਬੰਦਾ ਪੁਰਾਣੀ ਸਦੀਆਂ ਦੀ ਵਾਇਲੈਂਸ ਕੀਤੀ ਹੋਈ ਤੋਂ ਫਾਇਦਾ ਜ਼ਰੂਰ ਚੱਕਦਾ। ਤਾਂ ਇਹ ਜ਼ਰੂਰੀ ਨਹੀਂ ਕਿ ਉਹ ਆਪ ਕੁੱਟਦਾ ਫਿਰਦਾ ਹੋਵੇ, ਪਰ ਉਹਦੇ ਕੋਲ ਇੱਕ ਸਮਾਜ ਦਾ ਦਾਬਾ ਹੈ, ਉਹਦੇ ਕੋਲ ਇੱਕ ਪੀੜ੍ਹੀ ਦਰ ਪੀੜ੍ਹੀ ਪਿਸਦੀ ਹੋਈ ਔਰਤ ਦੇ ਢਾਈ ਹੋਈ ਤਸ਼ੱਦਦ ਦਾ ਇੱਕ ਫਾਇਦਾ ਹੈ। ਭਾਵੇਂ ਉਹ ਕਹੇ ਮੈਂ ਤਾਂ ਕਦੇ ਨਹੀਂ ਇਹਨੂੰ ਕੁੱਟਿਆ, ਨਹੀਂ ਕੁੱਟਿਆ, ਪਰ ਔਰਤ ਨੂੰ ਪਤਾ ਹੈ ਕਿ ਤੂੰ ਕੁੱਟ ਸਕਦਾ। ਇਹ ਜ਼ਰੂਰੀ ਨਹੀਂ ਕਿ ਤੂੰ ਫਿਜ਼ੀਕਲੀ ਡਿਮੋਨਸਟ੍ਰੇਟ ਕਰੇ, ਉਹਨੂੰ ਥਰੂ ਆਊਟ ਜਨਰੇਸ਼ਨਲ ਟਰਾਮੇ ਨਾਲ ਪਤਾ ਕਿ ਉਹ ਇਹ ਚੀਜ਼ ਕਰ ਸਕਦਾ। ਤਾਂ ਹੀ ਆਪਾਂ ਇਹ ਕਹਿੰਦੇ ਹਾਂ ਕਿ ਕੋਈ ਜ਼ਰੂਰੀ ਨਹੀਂ ਕਿ ਹਰ ਮਰਦ ਦੂਜਿਆਂ ਨੂੰ ਕੁੱਟਦਾ ਹੋਵੇ, ਪਰ ਜਿਹੜੇ ਵਾਇਲੈਂਟ ਮੈਨ ਹੁੰਦੇ ਆ ਉਹ ਜ਼ਰੂਰ ਤੁਹਾਡੀ ਹੈਲਪ ਕਰਦੇ ਆ ਔਰਤ ਨੂੰ ਕੰਟਰੋਲ 'ਚ ਰੱਖਣ ਵਾਸਤੇ। ਅਤੇ ਮੈਮ, ਜਿਵੇਂ ਭਾਰਤੀ ਸਮਾਜ ਨੂੰ ਅਸੀਂ ਦੇਖਦੇ ਹਾਂ ਕਿ ਭਾਰਤ 'ਚ ਇਕੱਲਾ ਔਰਤ ਨੂੰ ਔਰਤ ਹੋਣ ਕਰਕੇ ਹੀ ਦਾਬਾ ਨਹੀਂ ਹੁੰਦਾ, ਬਲਕਿ ਜਾਤੀਗਤ ਜਿਹੜਾ ਹੈਗਾ ਦਾਬਾ ਵੀ ਸਹਿਣਾ ਪੈਂਦਾ, ਝੱਲਣਾ ਪੈਂਦਾ। ਪਰ ਮੈਂ ਸਵਾਲ ਤੁਹਾਨੂੰ ਦੂਜਾ ਫਰੇਮ ਇਹ ਕਰ ਰਿਹਾ ਕਿ ਕੀ ਜਾਤੀਵਾਦ ਔਰਤਾਂ ਨੂੰ ਸੰਗਠਿਤ ਹੋਣ 'ਚ ਰੁਕਾਵਟ ਬਣਦਾ ਜਾਂ ਹੈਲਪ ਕਰਦਾ? ਮੈਨੂੰ ਇਹ ਲੱਗਦਾ ਹੈ ਕਿ ਪਹਿਲੇ ਪੱਧਰ 'ਤੇ ਤਾਂ ਇਹ ਚੀਜ਼ ਹਮੇਸ਼ਾ ਹੈਲਪ ਕਰਦੀ ਹੈ, ਕਿਉਂਕਿ ਜੇ ਤੁਸੀਂ ਆਪਦੇ ਐਕਸਪੀਰੀਅੰਸ, ਮੈਨੂੰ ਇਹ ਲੱਗਦਾ ਹੈ ਵੀ ਜੇ ਕੋਈ ਨਿਮਨ ਵਰਗ ਦੀ ਜਾਂ ਫਿਰ ਮੇਰੇ ਤੋਂ ਅਪਰ ਵਰਗ ਦੀ, ਭਾਵੇਂ ਕਲਾਸ ਦੇ ਤੌਰ 'ਤੇ ਭਾਵੇਂ ਕਾਸਟ ਦੇ ਤੌਰ 'ਤੇ ਦੂਸਰੀ ਔਰਤ ਹੈ, ਉਹਦੀਆਂ ਸਟਰਗਲਸ ਡਿਫਰੈਂਟ ਹੋਣਗੀਆਂ। ਜੇ ਮੈਂ ਉਹਦੀਆਂ ਸਟਰਗਲਸ ਨਹੀਂ ਸਮਝ ਸਕਦੀ, ਮੈਂ ਉਹਦੇ ਨਾਲ ਖੜ ਤਾਂ ਸਕਦੀ ਹਾਂ, ਸੋਲੀਡੈਰਿਟੀ ਤਾਂ ਸ਼ੋਅ ਕਰ ਸਕਦੀ ਹਾਂ, ਪਰ ਮੈਂ ਉਹਦੀ ਸਟਰਗਲ ਨੂੰ ਉਵੇਂ ਨਹੀਂ ਸਮਝ ਸਕਦੀ, ਅਤੇ ਨਾ ਮੈਂ ਉਹਦੇ ਘਰ ਜਾ ਕੇ ਕੋਈ ਰੌਲਾ ਪਾ ਸਕਦੀ ਹਾਂ। ਉੱਥੇ ਆਹ ਜਾਤੀ ਵਾਲਾ ਸਵਾਲ ਉੱਠਿਆ ਆਉਂਦਾ। ਤਾਂ ਇਸ ਕਰਕੇ ਜਾਤੀ ਦੇ ਤੌਰ 'ਤੇ ਵੀ ਤੁਹਾਨੂੰ ਇੱਕ ਸੰਗਠਨ ਬਣਾਉਣਾ ਪਊਗਾ, ਜਿਵੇਂ ਕਿ ਆਪਾਂ ਐਗਜ਼ਾਮਪਲ ਲੈ ਲਈਏ ਜਿਵੇਂ ਗੁਲਾਬ ਗੈਂਗ ਸੀ, ਤਾਂ ਉਹ ਆਪਦੀ ਜਾਤੀ ਵਾਸਤੇ ਜਾਂ ਆਪਦੇ ਲੋਕਾਂ ਵਾਸਤੇ ਔਰਤ ਨੂੰ ਇਕੱਠਾ ਜ਼ਰੂਰ ਹੋਣਾ ਪਊਗਾ। ਕਿ ਔਰਤ ਦੀ ਮੁਕਤੀ ਕਿਵੇਂ ਹੋਏਗੀ? ਮੈਨੂੰ ਇਹ ਲੱਗਦਾ ਔਰਤ ਦੀ ਮੁਕਤੀ ਸਿਰਫ ਇਹਨਾਂ ਚੀਜ਼ਾਂ 'ਚ ਹੀ ਹੈ ਕਿ ਉਹ ਪਹਿਲਾਂ ਤਾਂ ਇਹ ਸਮਝੇ ਕਿ ਇਹ ਪ੍ਰੋਬਲਮ ਬਣਾਈ ਗਈ ਹੈ ਜਾਂ ਸੱਚਮੁੱਚ 'ਚ ਹੈ। ਹੁਣ ਮੈਂ ਬਣਾਈ ਗਈ ਪ੍ਰੋਬਲਮ ਨੂੰ ਇਹ ਕਹਿ ਰਹੀ ਹਾਂ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਇਹ ਗੱਲ ਚੱਲਦੀ ਹੈ ਕਿ ਚੋਇਸ ਬੇਸਡ ਫੈਮਿਨਿਜ਼ਮ ਹੈ, ਕਿ ਜੇ ਕੋਈ ਬੰਦਾ ਫੋਰ ਐਗਜ਼ਾਮਪਲ, ਸਿੱਧਾ ਜਿਹਾ ਐਗਜ਼ਾਮਪਲ ਹੈ, ਪਲਾਸਟਿਕ ਸਰਜਰੀ ਕਰਾਉਣਾ ਚਾਹੁੰਦਾ, ਤੁਹਾਨੂੰ ਉਹਦੇ ਨਾਲ ਕੀ ਮਤਲਬ ਹੈ? ਤੁਹਾਨੂੰ ਇਹਦੇ ਨਾਲ ਮਤਲਬ ਸਿਰਫ ਚੋਇਸ ਨਾਲ ਨਹੀਂ ਹੁੰਦਾ, ਪਰ ਤੁਹਾਨੂੰ ਉਹਦੇ ਪਿੱਛੇ ਲੁਕੇ ਹੋਏ ਰੀਜ਼ਨ, ਤੁਹਾਡੀ ਇਨਸਿਕਿਉਰਿਟੀ ਅਤੇ ਤੁਹਾਡੇ ਬਾਡੀ ਡਿਸਫੋਰਫੀਆ 'ਤੇ ਜਿਹੜੀਆਂ ਵੀ ਚੀਜ਼ਾਂ ਕੈਪੀਟਲਾਈਜ਼ ਕਰ ਰਹੀਆਂ ਨੇ, ਜੇ ਤੁਸੀਂ ਉਹਦੇ ਕਾਰਨ ਸਮਝਦੇ ਹੋ, ਉਹ ਕਾਰਨ ਸਮਝ ਕੇ ਤੁਸੀਂ ਇੱਕ ਚੋਇਸ ਮੇਕ ਕਰਦੇ ਹੋ, ਫਿਰ ਉਹ ਫੈਮਿਨਿਜ਼ਮ ਦਾ ਸਹੀ ਅਰਥ ਹੈ। ਪਰ ਜੇ ਤੁਹਾਨੂੰ ਇਹ ਲੱਗਦਾ ਵੀ ਲੋਕ ਕਿਸੇ ਨੇ ਕਹਿਤਾ ਵੀ ਪਤਲੇ ਬੁੱਲਾਂ ਵਾਲੀ ਕੁੜੀ ਸੋਹਣੀ ਨਹੀਂ ਹੁੰਦੀ ਅਤੇ ਤੁਹਾਡੇ ਅੰਦਰ ਐਡਾ ਜ਼ਿਆਦਾ ਕੰਪਲੈਕਸ ਭਰ ਗਿਆ ਅਤੇ ਤੁਸੀਂ ਸਰਜਰੀਆਂ ਕਰਾਉਣ ਲੱਗ ਪਏ, ਉਹਨਾਂ ਨੇ ਤਾਂ ਬਈ ਪਤਲੇ ਬੁੱਲਾਂ ਵਾਲੀਆਂ ਦਿਖਾਈਆਂ ਹੀ ਤਾਂ ਨੇ ਵੀ ਤਾਂ ਕਿ ਤੁਹਾਡੇ ਅੰਦਰ ਕੰਪਲੈਕਸ ਭਰੇ। ਅਤੇ ਜੇ ਤੁਸੀਂ ਫੈਮਿਨਿਜ਼ਮ ਨੂੰ ਸਿਰਫ ਅਤੇ ਸਿਰਫ ਇੱਕ ਇਹੋ ਜਿਹੀ ਚੋਇਸ, ਜਿਹਨੂੰ ਕਿ ਆਪਾਂ ਅਖੌਤੀ ਜਿਹੀ ਚੋਇਸ ਕਹਿ ਦਿੰਦੇ ਹਾਂ ਕਿ ਵੀ ਸਾਡੇ ਤਾਂ ਪਰਦਾ ਕਰਨਾ
ਮੇਰੀ ਚੋਇਸ ਹੈ, ਬਟ ਆਪਾਂ ਨੂੰ ਪਤਾ ਇਹਦੇ ਪਿੱਛੇ ਇੱਕ ਹਿਸਟਰੀ ਹੈ, ਸਾਰੇ ਧਰਮਾਂ 'ਚ ਰਹੀ ਹੈ, ਮੈਂ ਕਿਸੇ ਖਾਸ ਧਰਮ ਦੀ ਗੱਲ ਨਹੀਂ ਕਰ ਰਹੀ, ਤਾਂ ਆਪਾਂ ਜੇ ਉਹਦੇ ਪਿੱਛੇ ਦੀ ਲੁਕੀ ਹੋਈ ਹਿਸਟਰੀ ਨਹੀਂ ਸਮਝ ਸਕਦੇ, ਫਿਰ ਮੈਨੂੰ ਲੱਗਦਾ ਫੈਮਿਨਿਜ਼ਮ ਦਾ ਕੋਈ ਮਤਲਬ ਨਹੀਂ। ਤੇ ਔਰਤ ਦੀ ਮੁਕਤੀ ਇਸੇ ਚੀਜ਼ ਹੈ ਕਿ ਉਹ ਹਰੇਕ ਚੀਜ਼ ਨੂੰ ਤੇ ਉਹਦੇ ਪਿਛਲੇ ਕਾਰਨਾਂ ਨੂੰ ਸਮਝੇ। ਜਿਵੇਂ ਬੁਰਕੇ ਦਾ ਮੁੱਦਾ ਬਹੁਤ ਸਾਡੇ ਇੱਥੇ ਚੱਲਿਆ, ਈਵਨ ਸਾਡੀ ਰਾਜਨੀਤੀ 'ਚ ਵੀ ਚੱਲਿਆ ਕਿ ਅਸੀਂ ਬੁਰਕੇ 'ਤੇ ਰੋਕ ਲਾਉਣੀ ਹੈ, ਅਤੇ ਭਾਵੇਂ ਘੁੰਘਟ ਵਾਸਤੇ ਵੀ ਕੁੜੀਆਂ ਨੂੰ ਜਿਹੜਾ ਹੈਗਾ ਮਾਰ ਵੀ ਝੱਲਣੀ ਪਈ ਹੈ, ਅਤੇ ਉਹ ਇਹਦੇ ਲਈ ਮੂਵਮੈਂਟ ਵੀ ਹੈਗੀਆਂ ਨੇ ਜਿਹੜੀਆਂ ਰਾਜਸਥਾਨ 'ਚ ਖਾਸ ਤੌਰ 'ਤੇ ਹਰਿਆਣੇ 'ਚ ਵੱਡੇ ਪੱਧਰ 'ਤੇ ਦੇਖਣ ਨੂੰ ਮਿਲਦੀਆਂ ਨੇ। ਪਰ ਕੀ ਪਹਿਰਾਵਾ ਜਿਹੜਾ ਜਿਹੜੇ ਦੀ ਮੈਂ ਗੱਲ ਕਰਦਾ ਸੀਗਾ, ਜਿਵੇਂ ਬੁਰਕੇ ਦੀ ਮੂਵਮੈਂਟ ਸੀਗੀ, ਖਾਸ ਤੌਰ 'ਤੇ ਰਾਜਨੀਤਿਕ ਰੰਗ ਉਹਨੂੰ ਦਿੱਤਾ ਗਿਆ, ਉਸਨੂੰ ਤੁਸੀਂ ਕਿੱਦਾਂ ਦੇਖਦੇ ਹੋ? ਮੈਂ ਨਾ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਇਹਨੂੰ, ਨਾ ਹੁਣ ਮੈਂ ਇਗਜ਼ਾਮਪਲ ਹੋਰ ਢੰਗ ਨਾਲ ਲਊਂਗੀ। ਇਗਜ਼ਾਮਪਲ ਮੈਂ ਇਹ ਲੈਣੀ ਹੈ ਕਿ ਈਰਾਨ ਦੇ ਵਿੱਚ ਬੁਰਕੇ ਦੇ ਖਿਲਾਫ਼ ਬਹੁਤ ਵੱਡੀ ਇਸਲਾਮਿਕ ਜਿਹੜੀ ਸਟੇਟ ਹੈ ਉਹਦੇ ਖਿਲਾਫ਼ ਉੱਠੀ, ਅਤੇ ਅਸੀਂ ਉਹਨੂੰ ਸਪੋਰਟ ਕੀਤਾ ਈਰਾਨ ਦੀਆਂ ਔਰਤਾਂ ਨੂੰ ਉਹਨਾਂ ਦੀ ਗਵਰਨਮੈਂਟ ਦੇ ਖਿਲਾਫ਼। ਹੁਣ ਈਰਾਨ ਅਤੇ ਇਜ਼ਰਾਈਲ ਦਾ ਕੌਨਫਲਿਕਟ ਚੱਲ ਰਿਹਾ ਕਿਉਂਕਿ ਉਹ ਫਲਸਤੀਨੀਆਂ ਦੇ ਸਪੋਰਟਰ ਨੇ, ਤਾਂ ਅਸੀਂ ਉਹਨਾਂ ਦੀ ਗਵਰਨਮੈਂਟ ਨੂੰ ਸਪੋਰਟ ਕਰਦੇ ਹਾਂ, ਤਾਂ ਇਹ ਦੋਨੋਂ ਥੌਟ ਜੇ ਕੋ ਐਗਜ਼ਿਸਟ ਕਰ ਸਕਦੇ ਆ ਕਿ ਇਹਨਾਂ ਦੀ ਰਾਜਨੀਤੀ ਇਸ ਮਾਮਲੇ 'ਚ ਸਹੀ ਹੈ ਕਿ ਉਹ ਜਿਨ੍ਹਾਂ 'ਤੇ ਤਸ਼ੱਦਦ ਢਾਈ ਜਾ ਰਹੀ ਹੈ ਉਹਨਾਂ ਦੇ ਨਾਲ ਖੜੇ ਹੈ, ਤਾਂ ਇਹ ਚੀਜ਼ ਗਲਤ ਵੀ ਆਪਾਂ ਕਹਿ ਸਕਦੇ ਹਾਂ ਨਾ, ਉਹ ਆਪਾਂ ਕੋਈ ਧਰਮ 'ਤੇ ਤਾਂ ਅਟੈਕ ਨਹੀਂ ਕਰ ਰਹੇ। ਮੈਨੂੰ ਇਹ ਲੱਗਦਾ ਹੈ ਕਿ ਕੁਛ ਰਾਈਟਸ ਨੂੰ ਜੇ ਆਪਾਂ ਧਰਮ ਤੋਂ ਅੱਡ ਕੱਢ ਕੇ ਸਿਰਫ ਔਰਤਾਂ ਦਾ ਰਾਈਟ ਦੇਖੀਏ, ਅਤੇ ਪਰ ਮੈਨੂੰ ਇਹ ਚੀਜ਼ਾਂ ਵੀ ਗਲਤ ਲੱਗਦੀਆਂ ਕਿ ਜਿਵੇਂ ਫਰਾਂਸ ਦੇ ਵਿੱਚ ਪਿੱਛੇ ਜੇ ਹੋਇਆ ਸੀਗਾ ਕਿ ਤੁਸੀਂ ਸਿਰ ਕਵਰ ਕਰਕੇ ਤੁਸੀਂ ਬੀਚ 'ਤੇ ਨਹੀਂ ਜਾ ਸਕਦੇ, ਉਹ ਵੀ ਮੈਨੂੰ ਲੱਗਦਾ ਇੱਕ ਢੰਗ ਨਾਲ ਗਲਤ ਹੀ ਚੀਜ਼ ਹੈ, ਅਤੇ ਉਹ ਇਹੀ ਹੈ ਕਿ ਤੁਸੀਂ ਕਿਸੇ ਦੀ ਬੋਡੀ ਨੂੰ ਕੰਟਰੋਲ ਨਾ ਕਰੋ, ਭਾਵੇਂ ਉਹ ਬੁਰਕਾ ਪਾਉਣਾ ਹੋਵੇ ਭਾਵੇਂ ਉਹ ਬੁਰਕਾ ਲਾਉਣਾ ਹੋਵੇ। ਜੇ ਕੋਈ ਧੱਕੇ ਨਾਲ ਪਵਾਉਂਦਾ ਜਿਵੇਂ ਕਿ ਇਸਲਾਮਿਕ ਸਟੇਟ ਪਵਾ ਰਹੀ ਸੀ ਉਹ ਵੀ ਗਲਤ ਹੈ, ਜੇ ਕੋਈ ਧੱਕੇ ਨਾਲ ਲਹਾਉਂਦਾ ਜਿਵੇਂ ਕਿ ਫਰਾਂਸ ਲਹਾ ਰਿਹਾ ਸੀ ਤਾਂ ਉਹ ਵੀ ਗਲਤ ਹੈ, ਅਤੇ ਇਹ ਚੀਜ਼ਾਂ ਨੂੰ ਆਪਾਂ ਨੂੰ ਸਮਝਣਾ ਪਊਗਾ। ਇਹ ਦੇਖਣ ਨੂੰ ਬੜੀਆਂ ਸਿੱਧੀਆਂ ਲੱਗਦੀਆਂ ਵੀ ਆਪਣਾ ਇੱਕ ਰਾਈਟ ਹੁੰਦਾ, ਪਰ ਹਰੇਕ ਦੇ ਆਪਦੇ ਅੱਡ ਕਾਰਨ ਹੁੰਦੇ ਆ, ਅਤੇ ਜਦ ਤੱਕ ਔਰਤ ਹਰੇਕ ਕਾਰਨ ਨੂੰ ਨਹੀਂ ਸਮਝਦੀ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਉਹ ਹਰੇਕ ਕਾਰਨ ਨਹੀਂ ਸਮਝਦੀ ਉਦੋਂ ਤੱਕ ਉਹਦਾ ਹਰੇਕ ਕੇਸ 'ਚ ਸਬਜੈਕਟ ਕੋਈ ਓਬਜੈਕਟਿਵ ਐਨਾਲਿਸਿਸ ਨਹੀਂ ਹੋ ਸਕਦਾ, ਇਹਨਾਂ ਦਾ ਸਬਜੈਕਟਿਵ ਐਨਾਲਿਸਿਸ ਹੀ ਕੀਤਾ ਜਾ ਸਕਦਾ। ਅਜੇ ਇੱਕ ਹੋਰ ਸਵਾਲ, ਕਿਉਂਕਿ ਤੁਹਾਡੇ ਜਿਵੇਂ ਜਿਵੇਂ ਆਪਾਂ ਚੱਲਦੇ ਰਹਿੰਦੇ ਹਾਂ ਹੋਰ ਸਵਾਲ ਜਿਹੜੇ ਦਿਮਾਗ 'ਚ ਆਉਂਦੇ ਰਹਿੰਦੇ ਆ। 1965 ਦੇ ਲਗਭਗ ਇੱਕ ਮੈਂ ਡਾਕੂਮੈਂਟਰੀ ਦੇਖੀ ਸੀ ਜਿਹੜੀ ਅਮੈਰੀਕਨ ਹਿਸਟਰੀ ਆਫ ਅਮੈਰੀਕਨ ਸੈਕਸ ਕਰਕੇ ਉਹ ਸੀਗੀ, ਅਤੇ ਉੱਥੇ 1965 'ਚ ਜਦੋਂ ਵੱਡੇ ਪੱਧਰ 'ਤੇ ਫੈਮਿਨਿਸਟ ਮੂਵਮੈਂਟ ਜਿਹੜੀ ਹੈਗੀ ਹੈ ਖੜ੍ਹੀ ਹੋਣਾ ਸ਼ੁਰੂ ਹੁੰਦੀ ਹੈ, ਤਾਂ ਉਹ ਕਹਿੰਦੇ ਕਿ ਔਰਤ ਨੂੰ ਜਿਵੇਂ ਖਾਸ ਤੌਰ 'ਤੇ ਉਹ ਫੈਸ਼ਨ ਸ਼ੋਆਂ ਨੂੰ ਔਰਤਾਂ ਜਿਹੜੀਆਂ ਇਕੱਠੀ ਹੋ ਕੇ ਅੱਗ ਤੱਕ ਲਾ ਦਿੰਦੀਆਂ ਨੇ, ਵੀ ਤੁਸੀਂ ਔਰਤ ਨੂੰ ਇੱਕ ਕਮਿਊਨਿਟੀ ਦੀ ਤਰ੍ਹਾਂ ਪੇਸ਼ ਕਰ ਰਹੇ ਹੋ। ਉਹ ਤਾਂ ਉਹਨਾਂ ਦਾ ਵਿਰੋਧ ਵੱਡੇ ਪੱਧਰ 'ਤੇ ਹੁੰਦਾ, ਪਰ ਕੀ ਕਾਰਨ ਸਮਝਦੇ ਹੋ ਕਿ ਭਾਰਤ ਵਰਗੇ ਮੁਲਕ 'ਚ ਜਿਹੜਾ ਹੈਗਾ ਇਸ ਨੂੰ ਪੂਰਾ ਪ੍ਰਚਾਰਿਆ ਜਾਂਦਾ, ਔਰਤ ਨੂੰ ਇੱਕ ਕਮਿਊਨਿਟੀ ਜਿਵੇਂ ਤੁਸੀਂ ਕਿਹਾ, ਸਾਡੀ ਪੰਜਾਬੀ ਯੂਨੀਵਰਸਿਟੀ 'ਚ ਵੀ ਇੱਕ ਸੈਮੀਨਾਰ ਹੋਇਆ ਸੀ, ਜੇ ਤੁਸੀਂ ਪੱਕਾ ਸੁਣਿਆ ਹੋਣਾ, ਹੋ ਸਕਦਾ ਉਹ ਸੁਣਿਆ, 2010 'ਚ ਉਹ ਸੈਮੀਨਾਰ ਸੀਗਾ, ਅਤੇ ਉਹ ਸੈਮੀਨਾਰ ਦਾ ਨਾਂ ਸੀ ਹਾਊ ਟੂ ਸੈਲ ਯੂਅਰ ਸੈਲਫ, ਆਪਣੇ ਆਪ ਨੂੰ ਕਿਵੇਂ ਵੇਚਿਆ ਜਾਏ।
ਅਤੇ ਤੁਸੀਂ ਭਾਰਤ ਦੇ ਸੰਦਰਭ 'ਚ ਇਸ ਨੂੰ ਕਿਵੇਂ ਲੈਂਦੇ ਹੋ ਕਿ ਅਤੇ ਭਾਰਤ 'ਚ ਕਿਤੇ ਵੀ ਇਸ ਤਰ੍ਹਾਂ ਦੀ ਮੂਵਮੈਂਟ ਦਿਖਾਈ ਨਹੀਂ ਦਿੰਦੀ, ਉਹਦੇ ਤੁਸੀਂ ਕੀ ਕਾਰਨ ਸਮਝਦੇ ਹੋ? ਉਹਦਾ ਕਾਰਨ ਇਹ ਹੈ 1965 ਦੇ ਵਿੱਚ ਨਾ ਇੱਕ ਤਰ੍ਹਾਂ ਨਾਲ ਦੋ ਆਈਡੀਓਲੋਜੀਆਂ ਦੀ ਬਹੁਤ ਵੱਡੀ ਟੱਕਰ ਹੋ ਰਹੀ ਸੀ ਵਰਲਡ ਲੈਵਲ 'ਤੇ। ਹੁਣ ਜਦੋਂ ਸਾਰੇ ਦੇਸ਼ ਕੈਪੀਟਲਿਸਟ ਨੇ, ਮਤਲਬ ਹੁਣ ਆਪਾਂ ਇੱਕ ਅੱਧੇ ਨੂੰ ਛੱਡ ਦਈਏ ਤੇ ਉਹਨਾਂ ਦੀ ਵੀ ਵੱਡੀ ਨੀਤੀ ਕੈਪੀਟਲਿਸਟ ਹੀ ਹੁੰਦੀ ਆ, ਤਾਂ ਹਰੇਕ ਕੋਈ ਸੈੱਲ ਹੋਣਾ ਚਾਹੁੰਦਾ, ਜਾਂ ਫਿਰ ਆਪਣਾ ਬਾਡੀ ਸੈੱਲ ਕਰੋ, ਆਪਣਾ ਲੇਬਰ ਸੈੱਲ ਕਰੋ, ਆਪਣਾ ਇੰਟਲੈਕਟ ਸੈੱਲ ਕਰੋ, ਆਪਣੀ ਆਰਟ ਸੈੱਲ ਕਰੋ, ਭਾਵੇਂ ਜੋ ਵੀ ਚੀਜ਼ ਤੁਸੀਂ ਸੈੱਲ ਕਰਨੀ ਚਾਹੁੰਦੇ ਹੋ, ਤੁਸੀਂ ਤੁਹਾਨੂੰ ਉਸ 'ਤੇ ਕੈਪੀਟਲਾਈਜ਼ ਕਰਨਾ ਪਊਗਾ। ਹੁਣ ਤੁਸੀਂ ਉਹ ਬੜਾ ਮਸ਼ਹੂਰ ਗੀਤ ਹੈ ਜਾਵੇਦ ਅਖਤਰ ਸਾਹਿਬ ਦਾ, ਦਰਦ ਏ ਡਿਸਕੋ, ਉਹਦੀ ਪਿਕਚਰਾਈਜੇਸ਼ਨ ਦੇਖੀਏ, ਸ਼ਾਹਰੁਖ ਖਾਨ ਨੂੰ ਐਪ ਬਣਾਉਣੇ ਪਏ, ਉਹਨੇ ਦੱਸਿਆ ਮੈਂ ਇੰਨੇ ਮਹੀਨੇ ਖਾਣਾ ਨਹੀਂ ਖਾਧਾ, ਤਾਂ ਉਹਦਾ ਰੀਜ਼ਨ ਕੀ ਹੈ? ਜੇ ਔਰਤਾਂ ਦੀ ਬਾਡੀ ਵਿਕਦੀ ਹੈ ਤਾਂ ਮਰਦਾਂ ਦੀ ਬਾਡੀ ਵੀ ਉਨੀ ਵਿਕਦੀ ਹੈ। ਦੋਸਤਾਨਾ ਫਿਲਮ ਦੇ ਵਿੱਚ ਹੁਣ ਤੁਸੀਂ ਜੌਨ ਅਬਰਾਹਮ ਦੀ ਬਾਡੀ ਉਹਨਾਂ ਨੇ ਵੇਚੀ ਹੈ ਇੱਕ ਤਰ੍ਹਾਂ ਨਾਲ। ਹੁਣ ਜਿਹੜਾ ਆਪਾਂ ਕਹਿ ਦਿੰਦੇ ਹਾਂ ਨਾ ਕਿ ਬਾਡੀ ਵੇਚਣਾ, ਐਡੀ ਸਿੱਧੀ ਗੱਲ ਨਹੀਂ ਹੈ ਕਿ ਹਾਂਜੀ, ਪਹਿਲਾਂ ਤਾਂ ਉਹਦਾ ਇੱਕ ਨਾ ਫਿਜ਼ੀਕਲ ਮੀਨਿੰਗ ਹੁੰਦਾ ਸੀ, ਹੁਣ ਜਦੋਂ ਡਿਜੀਟਲ ਯੁੱਗ ਹੈ ਤੁਹਾਡੇ ਕੋਲ ਤਾਂ ਤੁਹਾਡੀ ਇਹ ਚੀਜ਼ਾਂ ਵੇਚਣ ਦੀਆਂ ਵੀ ਤਰੀਕੇ ਜਿਹੜੇ ਨੇ ਉਹ ਬਦਲ ਗਏ ਨੇ, ਤਾਂ ਹੁਣ ਤਾਂ ਹਰ ਇਨਸਾਨ ਵੇਚ ਰਿਹਾ। ਇਹ ਹੁਣ ਸਿਰਫ ਇੱਕ ਫੈਮਿਨਿਸਟ ਮੁੱਦਾ ਨਾ ਰਹਿ ਕੇ ਅਸਲ 'ਚ ਪੂੰਜੀਵਾਦ ਦਾ ਮੁੱਦਾ ਰਹਿ ਗਿਆ ਕਿ ਕਿਹੜੀਆਂ ਚੀਜ਼ਾਂ ਨੂੰ ਤੁਸੀਂ ਐਥੀਕਲ ਮੰਨਦੇ ਹੋ, ਕਿਹੜੀਆਂ ਚੀਜ਼ਾਂ ਨੂੰ ਤੁਸੀਂ ਮੋਰਲ ਮੰਨਦੇ ਹੋ। ਹੁਣ ਇੰਨਾ ਇਹ ਫਰਕ ਨਹੀਂ ਰਹਿ ਗਿਆ ਕਿ ਔਰਤ ਕਰਦੀ ਆ ਤਾਂ ਗਲਤ ਹੈ, ਉਹ ਤਾਂ ਹੁਣ ਇਕੁਅਲੀ ਹੋ ਗਿਆ ਵੀ ਓਨਾ ਹੀ ਉਹ ਬੰਦਿਆਂ ਨੂੰ ਵੀ ਕਰਦੇ ਆ। ਜਿਵੇਂ ਪੂੰਜੀਵਾਦ ਦੀ ਤੁਸੀਂ ਗੱਲ ਕਰਦੇ ਹੋ ਵੀ ਇਹ ਪੂੰਜੀਵਾਦ ਦਾ ਮੁੱਦਾ ਜਾਂ ਕਹਿ ਰਹੇ ਹੋ ਤੁਸੀਂ, ਪਰ ਮੈਨੂੰ ਇਹ ਲੱਗ ਸਮਝਦਾ ਜਾਂ ਸਮਝਣ ਦੀ ਤੁਹਾਡੇ ਤੋਂ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਪੂੰਜੀਵਾਦ ਹੈ ਇਹ ਔਰਤ ਨੂੰ ਪ੍ਰੋਡਕਟ ਦੇ ਬਣਾ ਕੇ ਤੋ ਪੇਸ਼ ਕਰਦਾ ਹੀ ਹੈ, ਨਾਲ ਤੁਸੀਂ ਕਹਿ ਰਹੇ ਹੋ ਕਿ ਮਰਦ ਨੂੰ ਵੀ ਮਸਕੂਲਰ ਜਿਹੜਾ ਹੈਗਾ ਬਾਡੀ ਵਾਲਾ ਸਮਝਿਆ ਜਾਂਦਾ, ਪਰ ਔਰਤ ਨੂੰ ਬੜਾ ਹੀ ਕੋਮਲ ਅਤੇ ਨਜ਼ਾਕਤ ਵਾਲਾ, ਬੜਾ ਸੁਹੱਪਣ ਵਾਲਾ, ਸੁਹੂਜ ਜਿਹਦੇ 'ਚ ਹੋਵੇ ਉਹ ਪੇਸ਼ ਕੀਤਾ ਜਾਂਦਾ, ਖਾਸ ਤੌਰ 'ਤੇ ਜਦੋਂ ਸਾਡੀਆਂ ਫਿਲਮਾਂ ਵੱਲ ਨੂੰ ਅਸੀਂ ਮੁੜਦੇ ਹਾਂ। ਅਤੇ ਤੁਸੀਂ ਉਸ ਨੂੰ ਇੱਕ ਫੈਮਿਨਿਸਟ ਦੇ ਤੌਰ 'ਤੇ ਕਿਵੇਂ ਦੇਖਦੇ ਹੋ, ਖਾਸ ਤੌਰ 'ਤੇ ਜਿਵੇਂ ਪਾਰਚੜ ਵਰਗੀਆਂ ਫਿਲਮਾਂ ਆਈਆਂ, ਲੱਜਾ ਵਰਗੀਆਂ ਫਿਲਮਾਂ ਇੰਡੀਅਨ ਸਿਨੇਮੇ ਨੇ ਦਿੱਤੀਆਂ, ਅਤੇ ਈਵਨ ਗੁਲਾਬੀ ਗੈਂਗ ਵਰਗੀਆਂ ਫਿਲਮਾਂ ਸਿਨੇਮੇ ਨੇ ਦਿੱਤੀਆਂ, ਤਾਂ ਫਿਲਮਾਂ ਬਾਰੇ ਇੱਕ ਟਿੱਪਣੀ ਤੁਹਾਡੀ ਜ਼ਰੂਰ ਚਾਹੁੰਦਾ। ਆਪਣਾ ਨਾ ਜਿਹੜਾ ਆਪਾਂ ਇਹ ਚੀਜ਼ਾਂ ਡਿਵਾਈਡ ਕਰ ਦਿੰਦੇ ਹਾਂ, ਇਹ ਤਾਂ ਨਾ ਬਹੁਤ ਹੀ ਜਿਹਨੂੰ ਆਪਾਂ ਕਹਿ ਦਿੰਦੇ ਪਿਛਲੀ ਸਦੀ ਵਾਲੀਆਂ ਗੱਲਾਂ ਲੱਗਦੀਆਂ। ਹੁਣ ਜਦੋਂ ਆਪਾਂ ਇਸ ਥਿਊਰੀ ਤੱਕ ਪਹੁੰਚ ਚੁੱਕੇ ਹਾਂ ਕਿ ਜੈਂਡਰ ਹੀ ਫਲੂਇਡ ਹੈ, ਸੋਸ਼ਲੀ ਕੰਸਟਰਕਟਡ ਹੈ, ਸੈਕਸ ਅੱਡ ਹੈ, ਜੈਂਡਰ ਅੱਡ ਹੈ, ਉਹ ਚੀਜ਼ਾਂ 'ਤੇ ਜਦੋਂ ਆਪਾਂ ਪਹੁੰਚ ਗਏ ਹਾਂ, ਜਦੋਂ ਆਪਾਂ ਟਰਾਂਸਜੈਂਡਰ ਦੀ, ਨੋਨ ਬਾਇਨਰੀ ਦੀ ਗੱਲ ਕਰਦੇ ਹਾਂ, ਉਦੋਂ ਜਦੋਂ ਆਪਾਂ ਇਹੋ ਜਿਹੀਆਂ ਗੱਲਾਂ ਕਰਦੇ ਹਾਂ ਕਿ ਸਿਰਫ ਔਰਤ ਕੋਮਲ ਹੀ ਹੋ ਸਕਦੀ ਹੈ ਅਤੇ ਮਰਦ ਸਿਰਫ ਮਸਕੂਲਰ ਹੀ ਹੋ ਸਕਦੇ ਆ, ਤਾਂ ਇਹ ਗੱਲਾਂ ਮਤਲਬ ਵੱਡੇ ਪਰਪੇਖ 'ਚ ਥੋੜ੍ਹੀਆਂ ਹਾਸੋਹੀਣੀਆਂ ਲੱਗਦੀਆਂ, ਪਰ ਆਪਣੀਆਂ ਫਿਲਮਾਂ ਦੇ ਵਿੱਚ ਅਤੇ ਮੀਡੀਆ ਦੇ ਵਿੱਚ ਹਜੇ ਵੀ ਇਹ ਚੀਜ਼ਾਂ ਨੇ। ਅਤੇ ਜਿਹੜੀਆਂ ਚੀਜ਼ਾਂ ਇਹਨੂੰ, ਇਹ ਮੈਨੂੰ ਇੱਕ ਲੱਗਦਾ ਇੱਕ ਨਾ ਕੰਜ਼ਰਵੇਟਿਵ ਏਜੰਡਾ ਹੈ, ਜੇ ਇਹ ਪੁਸ਼ ਕੀਤਾ ਜਾਊਗਾ ਕਿ ਔਰਤ ਕੋਮਲ ਹੈ, ਮਰਦ ਸਟਰੋਂਗ ਹੈ, ਤਾਂ ਇਹਦਾ ਫਾਇਦਾ ਕਿੰਨਾ ਲੋਕਾਂ ਨੂੰ ਆ, ਆਪਾਂ ਨੂੰ ਇਹ ਦੇਖਣਾ ਪਊਗਾ। ਉਹਨਾਂ ਲੋਕਾਂ ਨੂੰ ਹੈ ਜਿਹੜੇ ਚਾਹੁੰਦੇ ਆ ਕਿ ਔਰਤ ਘਰ 'ਚ ਰਹੇ, ਬੱਚੇ ਪਾਲੇ, ਉਹਨਾਂ ਲੋਕਾਂ ਨੂੰ ਫਾਇਦਾ ਹੈ ਜਿਹੜੇ ਚਾਹੁੰਦੇ ਆ ਬੰਦਿਆਂ ਨੂੰ ਅਸੀਂ ਜੰਗਾਂ ਲੜਾਈਏ। ਤਾਂ ਇਹ ਸਿਰਫ ਇਹ ਨਹੀਂ ਹੈ ਕਿ ਔਰਤ ਨੂੰ ਹੀ ਸੀਮਤ ਕੀਤਾ ਜਾ ਰਿਹਾ, ਉਹ ਬੰਦਿਆਂ ਨੂੰ ਵੀ ਮਰਾਉਣ ਦੀਆਂ ਹੀ ਸਾਜਿਸ਼ਾਂ ਨੇ। ਉਹ ਮਸਕੁਲੈਨਿਟੀ ਨਾਲ ਸਾਡੇ ਬੰਦੇ ਕਿੰਨੇ ਮਰਦੇ ਨੇ, ਭਾਵੇਂ ਉਹ
ਫਾਈਟ ਕਲੱਬ ਵਰਗੀ ਫਿਲਮ ਹੋਵੇ, ਆਪਾਂ ਟੌਕਸਿਕ ਮਸਕੁਲੈਨਿਟੀ ਦੀ ਗੱਲ ਕਰਦੇ ਹਾਂ, ਫਾਈਟ ਕਲੱਬ ਦੇ ਵਿੱਚ ਕਿੰਨੀ ਸੋਹਣੀ ਉਹਨਾਂ ਨੇ ਇਹ ਚੀਜ਼ ਐਕਸਪਲੇਨ ਕੀਤੀ ਹੈ ਕਿ ਜਿਹੜੀ ਤੁਹਾਡੀ ਆਪਦੀ ਮਰਦਾਵੀ ਹੈਂਕੜੀ ਹੈ ਉਹੀ ਤੁਹਾਨੂੰ ਕਿਵੇਂ ਹਰਟ ਕਰ। ਬਿਲਕੁਲ ਬਿਲਕੁਲ ਬਿਲਕੁਲ। ਇੰਡੀਆ ਦੇ ਵਿੱਚ ਫਿਲਮਾਂ ਜਿਹੜੀਆਂ ਨੇ ਇਹੋ ਜਿਹੀਆਂ ਉਹ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਢੰਗ ਨਾਲ ਜਿਹਨੂੰ ਐਕਸਪਲੋਰ ਕਰਦੇ ਆ ਨਾ, ਉਹ ਮੈਨੂੰ ਲੱਗਿਆ ਸੀ ਗਲੀ ਬੋਏ 'ਚ ਜ਼ੋਇਆ ਨੇ ਬਹੁਤ ਸੋਹਣੀ ਐਕਸਪਲੋਰ ਕੀਤੀ ਆ, ਕਿਉਂਕਿ ਉਹਦੇ ਵਿੱਚ ਕੁੜੀ ਪੂਰੀ ਲੜਾਕੀ ਹੁੰਦੀ ਆ, ਉਹ ਚੀਜ਼ਾਂ ਭੰਨਦੀ ਫਿਰਦੀ ਹੁੰਦੀ ਆ, ਉਹ ਕੋਈ ਕੋਮਲ ਨਹੀਂ ਹੁੰਦੀ, ਅਤੇ ਮੁੰਡਾ ਸੈਂਸਿਟਿਵ ਹੁੰਦਾ, ਪਰ ਉਹਦਾ ਜਿਹੜਾ ਮਾਧਿਅਮ ਹੁੰਦਾ ਉਹ ਮਾਧਿਅਮ ਹੈ ਜਿਸ ਨੂੰ ਵਾਇਲੈਂਟ ਮਾਧਿਅਮ ਮੰਨਿਆ ਜਾਂਦਾ, ਜਿਵੇਂ ਕਿ ਰੈਪ ਨੂੰ ਮਿਊਜ਼ਿਕ ਦੇ ਵਿੱਚੋਂ ਵਾਇਲੈਂਟ ਮਾਧਿਅਮ ਮੰਨਿਆ ਜਾਂਦਾ, ਤਾਂ ਹਰੇਕ ਬੰਦੇ ਦੀਆਂ ਕਿੰਨੀਆਂ ਹੀ ਲੇਅਰਸ ਹੁੰਦੀਆਂ, ਅਤੇ ਮੈਨੂੰ ਲੱਗਦਾ ਜੇ ਆਪਾਂ ਉਹਨਾਂ ਲੇਅਰਸ ਜਾਂ ਫਿਰ ਜਿਵੇਂ ਤੁਸੀਂ ਕਿਹਾ ਡਾਇਮੈਂਸ਼ਨਸ ਨੂੰ ਘੱਟ ਕਰ ਦਿੰਦੇ ਹਾਂ, ਤਾਂ ਆਪਾਂ ਇੱਕ ਹਿਊਮਨ ਐਕਸਪੀਰੀਅੰਸ ਨੂੰ ਘਟਾ ਦਿੰਦੇ ਹਾਂ, ਭਾਵੇਂ ਉਹ ਆਪਾਂ ਮਰਦ 'ਚੋਂ ਘਟਾਈਏ ਭਾਵੇਂ ਉਹ ਔਰਤ 'ਚੋਂ ਘਟਾਈਏ, ਪਰ ਇਹਨਾਂ ਗੱਲਾਂ ਦੀ ਗੱਲ ਫੈਮਿਨਿਸਟ ਕਰਦੇ ਨੇ, ਇਹਨਾਂ ਗੱਲਾਂ ਦੀ ਗੱਲ ਐਂਟੀ ਫੈਮਿਨਿਸਟ ਨਹੀਂ ਕਰਦੇ, ਉਹ ਕਹਿੰਦੇ ਆ ਇਹ ਤਾਂ ਸਾਡੇ ਬੰਦਿਆਂ ਨੂੰ ਨਾ ਮਰਦ ਬਣਾਉਣਾ ਚਾਹੁੰਦੀਆਂ, ਅਸੀਂ ਤਾਂ ਕਹਿੰਦੇ ਆ ਕਿ ਬੰਦੇ ਵਾਇਲੈਂਟ ਨਹੀਂ ਹੁੰਦੇ, ਉਹ ਕਹਿੰਦੇ ਨੇ ਕਿ ਬੰਦੇ ਵਾਇਲੈਂਟ ਹੁੰਦੇ, ਅਸੀਂ ਤਾਂ ਉਹਨਾਂ ਦੇ ਇਸ ਚੀਜ਼ ਦੇ ਖਿਲਾਫ ਵਾਸਤੇ ਕਹਿੰਦੇ ਬੰਦੇ ਵਾਇਲੈਂਟ ਹੁੰਦੇ ਹੀ ਨਹੀਂ, ਇਹ ਉਹਨਾਂ ਦੀ ਬਣਾਈ ਹੋਈ ਚੀਜ਼ ਹੈ। LGBT ਗਰੁੱਪ ਦੀ ਤੁਸੀਂ ਨਾਲ ਗੱਲ ਕੀਤੀ, ਪਰ ਇਹ ਸਵਾਲ ਜਿਹੜਾ ਖਾਸ ਤੌਰ 'ਤੇ ਫਿਲਮਾਂ ਦੇ ਪੱਖ ਤੋਂ ਹੀ ਮੈਂ ਪੁੱਛਣਾ ਚਾਹੁੰਦਾ, ਹਾਲਾਂਕਿ ਮਜ਼ਾਕ ਦੇ ਪਾਤਰ ਤਾਂ ਸਾਡੇ ਸਮਾਜ 'ਚ ਵੀ ਨੇ, ਪਰ ਫਿਲਮਾਂ 'ਚ ਵੀ ਉਹਨਾਂ ਨੂੰ ਮਜ਼ਾਕ ਦੇ ਪਾਤਰ ਬਣਾ ਕੇ ਪੇਸ਼ ਕੀਤਾ ਜਾਂਦਾ, ਉਹਦੇ ਬਾਰੇ ਤੁਸੀਂ ਕੋਈ ਟਿੱਪਣੀ ਕਰਨਾ ਚਾਹੋਗੇ? ਇਹ ਜੀ ਮੈਨੂੰ ਲੱਗਦਾ ਕਿ ਸਿਨੇਮੇ ਦੀ ਪ੍ਰੋਬਲਮ ਹੈ, ਅਸੀਂ ਇੱਕ ਅੱਧੇ ਸੈਮੀਨਾਰ 'ਚ ਵੀ ਇਹ ਗੱਲ ਡਿਸਕਸ ਕੀਤੀ ਹੈ ਕਿ ਕਮੇਡੀ ਉਹ ਹੁੰਦੀ ਹੈ ਜਿਹੜੀ ਪੰਚ ਅਪ ਕਰੇ, ਜੇ ਤੁਸੀਂ ਪੰਚ ਡਾਊਨ ਕਰ ਰਹੇ ਹੋ ਫਿਰ ਤਾਂ ਤੁਸੀਂ ਐਗਜ਼ੀਕਿਊਸ਼ਨ ਦਾ ਹਿੱਸਾ ਹੋ। ਆਪਾਂ ਡਾਰਕ ਹਿਊਮਰ ਦੀ ਗੱਲ ਕਰਦੇ ਹਾਂ, ਜਿਹੜੇ ਬੰਦੇ ਨੂੰ ਫਾਂਸੀ ਲੱਗ ਰਹੀ ਹੈ ਜੇ ਉਹ ਬੰਦਾ ਜੋਕ ਕਰੈਕ ਕਰਦਾ ਉਹ ਤਾਂ ਡਾਰਕ ਹਿਊਮਰ ਹੈ, ਪਰ ਜੇ ਤੁਸੀਂ ਥੱਲੇ ਬੈਠੇ ਜੋਕ ਕਰੈਕ ਕਰਦੇ ਹੋ ਤਾਂ ਡਾਰਕ ਹਿਊਮਰ ਨਹੀਂ ਕਿਹਾ ਜਾਂਦਾ, ਤੁਸੀਂ ਐਗਜ਼ੀਕਿਊਸ਼ਨ ਦਾ ਹਿੱਸਾ। ਤਾਂ ਮੈਨੂੰ ਇਹੀ ਚੀਜ਼ ਲੱਗਦੀ ਹੈ LGBTQ ਪਾਤਰਾਂ ਦੀ ਵੀ, ਜੇ ਉਹ ਆਪਦਾ ਮਜ਼ਾਕ ਉਡਾਉਂਦੇ ਆ, ਜੇ ਪਾਤਰ ਇਹੋ ਜਿਹਾ ਕੋਈ ਸਵਾਲ ਖੜਾ ਕਰਦਾ ਆਪਦੇ ਐਕਸਪੀਰੀਅੰਸਿਸ 'ਚੋਂ, ਉਹਨੂੰ ਆਪਾਂ ਹਿਊਮਰ ਕਹਿ ਸਕਦੇ ਹਾਂ, ਪਰ ਜੇ ਤੁਸੀਂ ਉਹਨਾਂ ਨੂੰ ਸਟੀਰੀਓਟਾਈਪ ਕਰਕੇ ਇੱਕ ਮਜ਼ਾਕ ਦਾ ਪਾਤਰ ਐਟ ਦੇਅਰ ਐਕਸਪੈਂਸ ਬਣਾਉਂਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਉਹ ਤੁਹਾਡੀ ਰਾਈਟਿੰਗ ਦੀ ਕਮੀ ਹੈ, ਅਤੇ ਮੈਨੂੰ ਇਹ ਲੱਗਦਾ ਕਿ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਿੱਧੇ ਹਿਸਾਬ ਨਾਲ ਕਿ ਲੇਜ਼ੀ ਰਾਈਟਿੰਗ। ਜੀ ਜੀ। ਅੱਛਾ ਲਾਸਟ ਸਵਾਲ ਤੁਹਾਨੂੰ ਬਾਈ ਇਹ ਹੈ ਕਿ ਭਾਰਤੀ ਔਰਤਾਂ ਸੰਗਠਿਤ ਕਦੋਂ ਹੋਣਗੀਆਂ, ਕਿਵੇਂ ਹੋਣਗੀਆਂ, ਅਤੇ ਇਹਦੇ ਬਾਰੇ ਜ਼ਰੂਰ ਕਮੈਂਟ ਤੁਸੀਂ ਕਰੋ ਲਾਸਟ। ਮੈਨੂੰ ਲੱਗਦਾ ਜੀ ਭਾਰਤੀ ਔਰਤਾਂ ਨਾ ਜੇ ਸਿਰਫ ਇੰਨਾ ਹੀ ਸਮਝ ਲੈਣ ਕਿ ਫੈਮਿਨਿਜ਼ਮ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਤੁਹਾਡੇ, ਮੇਰੇ ਘਰ ਵੀ ਬਾਪ ਹੈ, ਮੇਰੇ ਘਰ ਵੀ ਭਰਾ ਨੇ, ਮੇਰੇ ਘਰ ਵੀ ਤਾਏ ਚਾਚੇ ਨੇ, ਵੀ ਮੈਂ ਕੋਈ ਉਹਨਾਂ ਦੀ ਦੁਸ਼ਮਣ ਬਣ ਜਾ। ਜਦੋਂ ਇਹ ਵਾਲੀ, ਹੁਣ ਜਿਵੇਂ ਬੰਦੇ ਅਕਸਰ ਹੀ ਕਹਿੰਦੇ ਮੇਰੇ ਘਰ ਵੀ ਮਾਂ ਹੈ, ਸਾਡੇ ਘਰੇ ਵੀ ਬਾਪ ਨੇ, ਤਾਂ ਉਹ ਜਦੋਂ ਔਰਤਾਂ ਇਸ 'ਚੋਂ ਬਾਹਰ ਆ ਜਾਣਗੀਆਂ ਅਤੇ ਫੈਮਿਨਿਜ਼ਮ ਨੂੰ ਇੱਕ ਹਊਆ ਨਾ ਸਮਝ ਕੇ ਪਾਰਟ ਆਫ ਲਾਈਫ ਸਮਝ ਲੈਣਗੀਆਂ, ਸਿੱਧੇ ਹਿਸਾਬ ਹੈ ਕਿ ਮੈਂ ਵੀ ਇਨਸਾਨ ਹਾਂ ਜਿੱਦੇ ਉਹਨਾਂ ਨੇ ਇਹ ਸਮਝ ਲਿਆ ਸਿਰਫ ਔਰਤ ਨਹੀਂ ਹੈ, ਬਸ ਉਸ ਦਿਨ ਉਹ ਸੰਗਠਿਤ ਹੋ। ਪਰ ਸਾਡੇ ਪਰਿਵਾਰਾਂ ਦਾ ਨਜ਼ਰੀਆ, ਪਿੰਡੂ ਪਰਿਵਾਰਾਂ ਦਾ ਖਾਸ ਤੌਰ 'ਤੇ ਇਹ ਰਹਿੰਦਾ ਵੀ ਇਹ ਜਿਹੜੀਆਂ ਸੋ ਕਾਲਡ ਫੈਮਿਨਿਸਟ ਨੇ ਇਹ ਕਦੇ ਇਹ ਨਹੀਂ ਕਿਸੇ ਨੂੰ ਰੋਟੀ ਬਣਾ ਕੇ ਦੇ ਸਕਦੀਆਂ, ਇਹ ਕਦੇ ਇਹ ਤਾਂ ਰਸੋਈ 'ਚ ਨਹੀਂ ਵੜਦੀਆਂ। ਬਹੁਤ ਵਾਰ ਇਸ ਤਰ੍ਹਾਂ ਦਾ ਪ੍ਰੈਕਟੀਕਲੀ ਹੋਇਆ ਵੀ ਹੈ ਕਿ ਵੀ ਅਸੀਂ ਨਹੀਂ ਕਰਨੀਆਂ ਰੋਟੀਆਂ ਬਣਾਉਣੀਆਂ, ਬਣਾਓ ਨਹੀਂ ਤਾਂ ਬਾਹਰੋਂ ਲੈ ਆਓ। ਅਤੇ ਇਸ ਨੂੰ ਉਹ ਜਿਹੜੇ ਇਸ ਤਰ੍ਹਾਂ ਸੋਚਦੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?
ਜੀ ਮੈਨੂੰ ਇਹ ਲੱਗਦਾ ਕਿ ਕੁਛ ਸਕਿੱਲਸ ਨਾ ਲਾਈਫ ਵਾਸਤੇ ਹੁੰਦੀਆਂ ਨੇ। ਜਦੋਂ ਹੀ ਬੱਚਾ ਛੋਟਾ ਹੁੰਦਾ ਆਪਾਂ ਉਹਨੂੰ ਸਾਈਕਲ ਚਲਾਉਣਾ ਸਿਖਾਉਂਦੇ ਆ, ਜਦੋਂ ਹੀ ਬੱਚਾ ਪਾਣੀ 'ਚ ਜਾਣ ਲੱਗਦਾ ਤਾਂ ਆਪਾਂ ਕਹਿੰਦੇ ਹਾਂ ਵੀ ਇਹ ਡੁੱਬ ਨਾ ਜਾਏ, ਆਪਾਂ ਇਹਨੂੰ ਸਵਿਮਿੰਗ ਸਿਖਾਉਂਦੇ ਹਾਂ। ਇਹ ਤਾਂ ਲਾਈਫ ਸਕਿੱਲ ਹੈ, ਉਵੇਂ ਰੋਟੀ ਬਣਾਉਣਾ ਵੀ ਲਾਈਫ ਸਕਿੱਲ ਹੈ, ਬੰਦਿਆਂ ਨੂੰ ਵੀ ਸਿੱਖਣੀ ਚਾਹੀਦੀ ਹੈ, ਬੁੜੀਆਂ ਨੂੰ ਵੀ ਸਿੱਖਣੀ ਚਾਹੀਦੀ ਹੈ। ਡਰਾਈਵਿੰਗ ਹੈ, ਹੁਣ ਆਪਾਂ ਇਹ ਥੋੜ੍ਹੀ ਕਹਿੰਦੇ ਹਾਂ ਵੀ ਇਹ ਨਿੱਜੀ ਬੰਦੇ ਨਿੱਜੀ ਕਾਰ ਚਲਾ ਸਕਦੇ, ਬੁੜੀਆਂ ਹੀ ਚਲਾਉਣਗੀਆਂ, ਇਹ ਤਾਂ ਨਹੀਂ ਹੋ ਸਕਦਾ, ਇਹ ਤਾਂ ਲਾਈਫ ਸਕਿੱਲ ਹੈ। ਤਾਂ ਮੈਨੂੰ ਇਹ ਲੱਗਦਾ ਰੋਟੀ ਬਣਾਉਣਾ ਵੀ ਉਵੇਂ ਹੀ ਲਾਈਫ ਸਕਿੱਲ ਹੈ, ਜ਼ਰੂਰੀ ਨਹੀਂ ਕਿ ਘਰ ਦਾ ਕੰਮ ਸਾਰਾ ਔਰਤ ਕਰੇ। ਜਦੋਂ ਤੁਸੀਂ ਇਸ ਅਸੰਪਸ਼ਨ ਨਾਲ ਚੱਲਦੇ ਹੋ ਕਿ ਇਹਦਾ ਕੰਮ ਰੋਟੀ ਦੇਣਾ ਹੈ, ਉਸ ਸੋਚ ਨਾਲ ਪ੍ਰੋਬਲਮ ਹੈ, ਨਹੀਂ ਤਾਂ ਇਹ ਕੋਈ ਫਰਕ ਨਹੀਂ ਪੈਂਦਾ ਰੋਟੀ ਬੰਦੇ ਨੇ ਬਣਾਈ ਹੈ ਕਿ ਬੁੜੀ ਨੇ ਬਣਾਈ ਹੈ। ਜੇ ਰੋਟੀ ਜਨਾਨੀ ਬਣਾ ਦਿੰਦੀ ਹੈ ਤੇ ਬੰਦਾ ਭਾਂਡੇ ਮਾਂਜ ਦਿੰਦਾ, ਫਿਰ ਉੱਥੇ ਲੜਾਈ ਨਹੀਂ ਪੈਂਦੀ, ਲੜਾਈ ਉੱਥੇ ਪੈਂਦੀ ਹੈ ਜਿੱਥੇ ਬੰਦਾ ਕਹਿੰਦਾ ਕਿ ਮੈਨੂੰ ਬੈਠੇ ਨੂੰ ਰੋਟੀ ਮਿਲੇ, ਮੇਰੇ ਕੱਪੜੇ ਤਿਆਰ ਹੋਣ, ਮੇਰੇ ਕੱਪੜੇ ਪ੍ਰੈਸ ਹੋਣ, ਮੇਰੇ ਕੱਪੜੇ ਧੋਤੇ ਹੋਣ, ਤੇ ਉਹ ਸਾਰਾ ਬੋਝ ਇੱਕ ਐਕਸਟਰਾ ਔਰਤ ਦੇ ਸਿਰ ਤੇ ਹੁੰਦਾ। ਤੇ ਆਪਾਂ ਨਾ ਅਕਸਰ ਹੀ ਗੱਲ ਨਹੀਂ ਕਰਦੇ ਇਮੋਸ਼ਨਲ ਲੇਬਰ, ਇੱਕ ਤਾਂ ਹੁੰਦੀ, ਇਹ ਤਾਂ ਫਿਜ਼ੀਕਲ ਲੇਬਰ ਤਾਂ ਹੋ ਹੀ ਗਈ ਹੈ, ਜਿਹੜੀ ਇਮੋਸ਼ਨਲ ਲੇਬਰ ਤੇ ਸਾਰੀ ਪਲੈਨਿੰਗ ਦੇ ਵਿੱਚ ਔਰਤ ਨੂੰ ਹਰ ਵਕਤ ਗੁਜ਼ਰਨਾ ਪੈਂਦਾ। ਆਪਾਂ ਇੰਨੀ ਤਰੀਕ ਨੂੰ ਇੱਥੇ ਜਾਣਾ, ਇਸ ਰਿਸ਼ਤੇਦਾਰ ਦਾ ਆਹ ਵਿਆਹ ਹੈ, ਇੱਥੇ ਉਹਨਾਂ ਨੇ ਇੰਨਾ ਸ਼ਗਨ ਦਿੱਤਾ, ਆਪਾਂ ਆਹ ਕਰਨਾ। ਜਦੋਂ ਤੁਹਾਡੀ ਲਾਈਫ ਤੁਹਾਡੇ ਵਾਸਤੇ ਕੋਈ ਪਲੈਨ ਕਰਕੇ ਦੇ ਰਿਹਾ, ਤਾਂ ਹੀ ਅਕਸਰ ਇਹ ਦੇਖਿਆ ਜਾਂਦਾ ਕਿ ਜਦੋਂ ਇਹ ਤੁਸੀਂ ਭਾਵੇਂ ਡਾਟਾ ਕੱਢ ਕੇ ਦੇਖ ਲਓ, ਤੁਸੀਂ ਆਪਣੇ ਘਰਾਂ 'ਚ ਵੀ ਦੇਖਿਆ ਹੋਊਗਾ ਕਿ ਜੇ ਬਾਪੂ ਬੁੜਾ ਹੋ ਕੇ ਮਰ ਗਿਆ, ਬੇਬੇ ਤਾਂ ਉਦੋਂ ਬਾਅਦ ਵੀ ਬਹੁਤ ਸਾਲ ਕੱਟ ਜਾਂਦੀ ਹੈ, ਪਰ ਜੇ ਬੇਬੇ ਮਰ ਜੇ, ਬਾਪੂ ਨਹੀਂ ਇੰਨੇ ਸਾਲ ਕੱਟ ਪਾਉਂਦੇ, ਕੀ ਹੈ ਉਹਦਾ ਰੀਜ਼ਨ? ਬੇਬੇ ਸੈਲਫ ਸਫੀਸ਼ੀਐਂਟ ਹੈ, ਬਾਪੂ ਹਰ ਇਮੋਸ਼ਨਲ ਚੀਜ਼ ਵਾਸਤੇ ਬੇਬੇ 'ਤੇ ਡਿਪੈਂਡੈਂਟ ਹੈ। ਇਹ ਹੁਣ ਮੈਂ ਕੋਈ ਇਹਨੂੰ ਕੋਈ ਸਾਇੰਟੀਫਿਕ ਪ੍ਰੂਫ ਲੈ ਕੇ ਮੇਰੇ ਨਾਲ ਕੋਈ ਕਮੈਂਟਾਂ 'ਚ ਵੀ ਲੜਨ ਨਾ ਆ ਜਾਓ, ਮੈਂ ਇਹ ਕੈਜੂਅਲੀ ਗੱਲ ਕੀਤੀ ਹੈ, ਅਕਸਰ ਹੀ ਆਪਾਂ ਇਹ ਚੀਜ਼ ਦੇਖਦੇ ਹਾਂ। ਨਹੀਂ, ਉਹਨਾਂ ਦੀ ਟ੍ਰੇਨਿੰਗ ਵੀ ਇਸੇ ਤਰ੍ਹਾਂ ਦੀ, ਤੇ ਉਹ ਕਿਉਂਕਿ ਇੰਨੀ ਜ਼ਿਆਦਾ ਤੁਸੀਂ ਡਰਾਈਵਿੰਗ ਵਾਲੀ ਤੁਸੀਂ ਗੱਲ ਕੀਤੀ ਸੀ, ਪਰ ਤੁਹਾਡੇ ਤੇ ਤਾਂ ਚੁਟਕਲੇ ਹੀ ਬਣਦੇ ਨੇ, ਗਾਣੇ ਬਣਦੇ ਨੇ, ਤੇ ਇੱਕ ਗਾਣਾ ਪੰਜਾਬੀ ਇੰਨਾ ਮਸ਼ਹੂਰ ਕਰ ਦਿੰਦੇ ਆ ਸਾਗਰ ਦੀ ਬੋਟੀ, ਤਾਂ ਇਹ ਜਾਂਦੇ ਜਾਂਦੇ ਇੱਕ ਕਮੈਂਟ ਤੇ ਇਹ ਦੇ ਵਾਸਤੇ ਤਾਂ ਜੀ ਮੈਂ ਆਪਣੇ ਸਾਰੇ ਉਹਨਾਂ ਨੂੰ ਇਹੀ ਕਹੂੰਗੀ ਕਿ ਗੂਗਲ ਕਰੋ, ਗੂਗਲ ਤੇ ਸਾਰਾ ਡੇਟਾ ਪਿਆ, ਡਾਟਾ ਇਹ ਕਹਿੰਦਾ ਕਿ ਵਿਮੈਨ ਆਰ ਸੇਫ ਡਰਾਈਵਰ, ਤੇ ਉਹਨਾਂ ਦੀ ਇੰਸ਼ੋਰੈਂਸ ਵੀ ਘੱਟ ਹੁੰਦੀ ਹੈ ਇਨਫੈਕਟ, ਕਿਉਂਕਿ ਉਹ ਸੇਫ ਡਰਾਈਵ ਕਰਦੀਆਂ। ਤਾਂ ਇਹ ਤਾਂ ਨਾ ਜਿਹਨੂੰ ਕਹਿੰਦੇ ਆ ਕਿ ਇੱਕ ਉਹੀ ਪੰਚਿੰਗ ਡਾਊਨ ਵਾਲਾ, ਤੇ ਜਦੋਂ ਨਵੀਆਂ ਔਰਤਾਂ ਚਲਾਉਣ ਲੱਗੀਆਂ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਦੇ ਐਕਸਪੈਂਸ ਤੇ ਜੋਕ ਬਣਾਏ ਜਾਣ, ਉਹ ਬਸ ਇੱਕ ਵਾਰ ਉਹ ਚੀਜ਼ ਸਟਿੱਕ ਕਰ ਜਾਂਦੀ ਹੈ, ਤਾਂ ਉਹ ਕਲਚਰ 'ਚ ਕੋਈ ਚੀਜ਼ ਹੋਰ ਹੁੰਦੀ ਹੈ, ਡੇਟੇ ਤੁਹਾਨੂੰ ਹੋਰ ਸੁਜੈਸਟ ਕਰਦੇ। ਜੀ, ਥੈਂਕ ਯੂ ਮੈਮ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਇਹ ਸੀ ਸਾਡੇ ਨਾਲ ਵਿਵੇਕ ਜੋਤ ਜੀ, ਜਿਹੜੇ ਸਮਾਜਿਕ ਐਕਟੀਵਿਸਟ ਨੇ, ਸੋਸ਼ਲ ਐਕਟੀਵਿਸਟ ਨੇ, ਜਿਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਕੀਤੀਆਂ। ਜੇ ਮੈਂ ਪ੍ਰਮੁੱਖਤਾ ਦੇ ਨਾਲ ਗੱਲ ਜਿਹੜੀ ਅਸੀਂ ਕੀਤੀ ਕਿ ਵੈਸਟਰਨ ਸੁਸਾਇਟੀ ਅਤੇ ਭਾਰਤੀ ਸਮਾਜ 'ਚ ਭਾਵੇਂ ਕੋਈ ਵੀ ਸਮਾਜ ਹੋਵੇ ਜਿਹੜਾ ਲੁੱਟ ਦੇ ਆਧਾਰ 'ਤੇ ਹੈ, ਜਿਹੜਾ ਪੂੰਜੀ 'ਤੇ ਆਧਾਰਿਤ ਹੈ, ਉੱਥੇ ਔਰਤ ਦਾ ਜਿਹੜਾ ਸ਼ੋਸ਼ਣ ਜਿਹੜਾ ਹੈਗਾ ਉਹ ਹੁੰਦਾ ਹੀ ਰਹਿੰਦਾ, ਪਰ ਭਾਰਤੀ ਸਮਾਜ 'ਚ ਜਿੱਥੇ ਸਰੀਰਕ ਹੁੰਦਾ ਉਸ ਦੇ ਨਾਲ ਇਮੋਸ਼ਨਲ ਜਿਹੜਾ ਸ਼ੋਸ਼ਣ ਵੀ ਜਿਹੜਾ ਔਰਤਾਂ ਨੂੰ ਝੱਲਣਾ ਪੈਂਦਾ। ਅਤੇ ਨਾਲ ਨਾਲ ਜੇਕਰ ਨਾਰੀਵਾਦ ਦੀ ਇਹਨਾਂ ਨੇ ਗੱਲ ਕੀਤੀ ਤਾਂ ਨਾਲ ਇਹ ਕਿਹਾ ਕਿ ਮਰਦ ਨੂੰ ਮਨਫੀ ਕਰਕੇ ਕੋਈ ਵੀ ਨਾਰੀਵਾਦ ਜਿਹੜਾ ਹੈਗਾ ਐਗਜਿਸਟ ਨਹੀਂ ਕਰ ਸਕਦਾ। ਇਸ ਦੇ ਲਈ ਦੋਹਾਂ ਨੂੰ ਪੈਰਲਲ ਬਰਾਬਰ ਸੋਚਣਾ ਪਏਗਾ, ਬਰਾਬਰ ਕੰਮ ਦੀ ਵੰਡ ਕਰਨੀ ਪਏਗੀ, ਉਸਨੂੰ ਬਰਾਬਰ ਹੱਕ ਅਤੇ ਹਕੂਕ ਜਿਹੜਾ ਔਰਤ ਨੂੰ ਦੇਣੇ ਪੈਣਗੇ, ਜਿਹਨਾਂ ਦਾ ਅਤੇ ਉਸਨੂੰ ਇੱਕ ਬਰਾਬਰ ਦਾ ਮਨੁੱਖ ਹੋਣ ਦਾ ਦਰਜਾ ਮਨੁੱਖੀ ਸਮਾਜ ਨੂੰ
ਜਿਹੜਾ ਦੇਣਾ ਪਏਗਾ। ਬਹੁਤ ਬਹੁਤ ਸ਼ੁਕਰੀਆ ਮੈਮ, ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ।